ਪੰਜਾਬ ਪੁਆਇੰਟ ਵੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਕੁਲਵਿੰਦਰ ਸਿੰਘ ਅਤੇ ਪੰਜਾਬ ਪੁਆਇੰਟ 'ਚ ਅੱਜ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ 'ਚ ਦਿੱਤੇ ਗਏ ਧਰਨੇ ਦੀ ਅਤੇ ਨਾਲ ਦੀ ਨਾਲ ਟਕਸਾਲੀ ਆਗੂਆਂ ਦੇ ਵੱਲੋਂ ਜੋ ਪਾਰਟੀ ਦੇ ਖਿਲਾਫ ਹੀ ਮੋਰਚਾ ਖੋਲ੍ਹ ਕੇ ਰੱਖਿਆ ਗਿਆ ਉਸ ਦੀ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਪਾਰਟੀ ਜਿਹੜੀ ਹੈ ਇਸ ਨਾਲ ਨਜਿੱਠਣ ਦੇ ਲਈ ਅੱਗੇ ਵੱਧ ਰਹੀ ਹੈ। ਇਸ ਤੋਂ ਪਹਿਲਾਂ ਕੁਝ ਸਵਾਲਾਂ ਦੀ ਗੱਲ ਕਰ ਰਿਹਾ ਜਿਹਦੇ 'ਤੇ ਚਰਚਾ ਕਰਾਂਗੇ। ਸਵਾਲ ਇਹ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਤੋਂ ਅੱਜ ਹਾਸਲ ਕੀ ਹੋਇਆ, ਜੋ ਧਰਨਾ ਅੱਜ ਦਿੱਲੀ ਦੇ ਵਿੱਚ ਦਿੱਤਾ ਗਿਆ ਰਾਹੁਲ ਗਾਂਧੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਬੈਰੀਕੇਡ ਕਰਕੇ ਰਾਹ ਦੇ ਵਿੱਚ ਹੀ ਆਗੂਆਂ ਨੂੰ ਰੋਕ ਲਿਆ ਸੀ, ਹਿਰਾਸਤ ਵਿੱਚ ਵੀ ਲਿਆ। ਸਵਾਲ ਇਹ ਵੀ ਹੈ ਕਿ ਕੀ 2019 ਤੋਂ ਪਹਿਲਾਂ ਪੰਥਕ ਏਜੰਡੇ ਦੇ ਉੱਤੇ ਵਾਪਸੀ ਦੀ ਅਕਾਲੀ ਦਲ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਲਗਾਤਾਰ ਵਿਰੋਧੀ ਵੀ ਇਹ ਕਹਿ ਰਹੇ ਨੇ ਕਿ ਹੁਣ ਪੰਥਕ ਮੁੱਦੇ ਦੇ ਉੱਤੇ ਮੁੜਨਾ ਅਕਾਲੀ ਦਲ ਨੇ ਸ਼ੁਰੂ ਕਰ ਦਿੱਤਾ ਹੈ ਅਤੇ ਕੀ ਪੰਥਕ ਏਜੰਡਾ ਅਕਾਲੀ ਦਲ ਨੂੰ ਮੌਜੂਦਾ ਸੰਕਟ ਦੇ ਵਿੱਚ ਉਹ ਕੱਢ ਸਕੇਗਾ, ਕਿਉਂਕਿ ਪਾਰਟੀ ਦੇ ਜੋ ਸੀਨੀਅਰ ਲੀਡਰ ਨੇ ਉਹੀ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਅਤੇ ਇਸ ਤੋਂ ਬਾਅਦ ਪਾਰਟੀ ਵੀ ਲਗਾਤਾਰ ਇਸ ਤੋਂ ਨਜਿੱਠਣ ਦੇ ਵਿੱਚ ਲੱਗੀ ਵੀ ਹੋਈ ਹੈ। ਸਵਾਲ ਇਹ ਵੀ ਹੈ ਕਿ ਕੀ ਏਜੰਡੇ ਦੌਰਾ ਅਕਾਲੀ ਦਲ ਜਿਹੜਾ ਇਸ ਤੋਂ ਬਾਹਰ ਨਿਕਲ ਸਕੇਗਾ ਅਤੇ ਕੀ ਜੋ ਸੇਵਾ ਸਿੰਘ ਸੇਖਵਾਂ ਨੂੰ ਬਰਖਾਸਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਟਕਸਾਲੀ ਆਗੂਆਂ ਦੇ ਖਿਲਾਫ ਸਖਤੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਜਨਾਲਾ ਉਹਨਾਂ ਦੇ ਵੱਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਅਤੇ ਪਹਿਲੀ ਵਾਰ ਕਾਰਵਾਈ ਕੀਤੀ ਗਈ ਹੈ ਅਤੇ ਟਕਸਾਲੀ ਆਗੂਆਂ ਨੇ ਕਿਉਂ ਕਿਹਾ ਹੈ ਕਿ ਨਵੇਂ ਜੋ ਆਗੂ ਨੇ ਉਹਨਾਂ ਨੂੰ ਦਰਬਾਰ ਸਾਹਿਬ ਜਾ ਕੇ ਮਾਫ਼ੀ ਮੰਗਣੀ ਚਾਹੀਦੀ। ਸੋ ਇਹ ਕੁਝ ਸਵਾਲ ਨੇ ਜਿਨ੍ਹਾਂ ਦੇ ਉੱਤੇ ਅੱਜ ਚਰਚਾ ਕਰਾਂਗੇ ਅਤੇ ਉਸ ਤੋਂ ਪਹਿਲਾਂ ਰਿਪੋਰਟ ਤੁਹਾਨੂੰ ਵਿਖਾਉਂਦੇ ਹਾਂ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਟਕਸਾਲੀ ਆਗੂਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ, ਪਰ ਇਸ ਤੋਂ ਪਹਿਲਾਂ ਹੀ ਕਈ ਸੀਨੀਅਰ ਟਕਸਾਲੀ ਆਗੂਆਂ ਨੇ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਪਹਿਲਾਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਉਹਨਾਂ ਵੱਲੋਂ ਪਾਰਟੀ ਦੇ ਤਮਾਮ ਅਹੁਦਿਆਂ ਤੋਂ ਅਸਤੀਫਾ ਦਿੱਤਾ ਗਿਆ ਅਤੇ ਉਹਨਾਂ ਤੋਂ ਬਾਅਦ ਬ੍ਰਹਮਪੁਰਾ, ਅਜਨਾਲਾ ਅਤੇ ਸੇਖਵਾਂ ਵੀ ਖੁੱਲ੍ਹ ਕੇ ਪਾਰਟੀ ਦੇ ਵਿੱਚ ਆਪਣੀ ਸੁਣਵਾਈ ਨਾ ਹੋਣ ਦਾ ਜ਼ਿਕਰ ਕਰਨ ਲੱਗੇ। ਟਕਸਾਲੀਆਂ ਦੇ ਮੁਤਾਬਕ ਪਾਰਟੀ 2014 ਤੋਂ ਬਾਅਦ ਹੀ ਪੰਥਕ ਏਜੰਡੇ ਤੋਂ ਸਾਈਡ ਹੁੰਦੀ ਚਲੀ ਗਈ, ਜਿਸ ਦਾ ਜ਼ਿਕਰ ਉਹਨਾਂ ਵੱਲੋਂ ਪਾਰਟੀ ਮੀਟਿੰਗਾਂ 'ਚ ਕੀਤਾ ਜਾਂਦਾ ਰਿਹਾ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉੱਥੇ ਹੀ ਅਕਾਲੀ ਦਲ ਵੱਲੋਂ 84 ਸਿੱਖ ਨਸਲਕੁਸ਼ੀ ਦੇ ਮਸਲੇ ਨੂੰ ਲੈ ਕੇ ਦਿੱਲੀ 'ਚ ਅੱਜ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਪਾਰਟੀ ਵੱਲੋਂ ਆਪਣੀ ਪੰਥਕ ਰਾਜਨੀਤੀ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਜਿਸ ਵੇਲੇ ਦਿੱਲੀ ਵਿੱਚ 84 ਸਿੱਖ ਨਸਲਕੁਸ਼ੀ ਦੇ ਪੀੜਤਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ, ਪੰਜਾਬ 'ਚ ਪਾਰਟੀ ਦੇ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ 2014 ਤੋਂ ਹੀ ਪੰਥਕ ਮਸਲਿਆਂ ਤੋਂ ਪਾਸੇ ਹੋਣ ਦਾ ਜ਼ਿਕਰ ਕਰ ਰਹੇ ਸੀ। ਸ਼ਾਮ ਹੁੰਦਿਆਂ ਹੁੰਦਿਆਂ ਪਹਿਲਾਂ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦਾ ਐਲਾਨ ਕੀਤਾ ਹੀ ਸੀ ਕਿ ਥੋੜ੍ਹੀ ਦੇਰ ਬਾਅਦ ਹੀ ਅਕਾਲੀ ਦਲ ਦੇ ਵੱਲੋਂ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਦਿਆਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਕਰਕੇ ਜ਼ਿਆਦਾਤਰ ਸੇਵਾ ਸਿੰਘ ਸੇਖਵਾਂ, ਜਿਨ੍ਹਾਂ ਦੀ ਕਿ ਕਾਫ਼ੀ ਦਿਨਾਂ ਤੋਂ ਐਂਟੀ ਪਾਰਟੀ ਐਕਟੀਵਿਟੀ ਚੱਲ ਰਹੀ ਹੈ, ਔਰ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਕੁਛ ਦੇ ਕੇ ਨਿਵਾਜਿਆ ਸੀ ਔਰ ਅਕਿਰਤ ਘਣਤਾ ਦਿਖਾਉਂਦੇ ਹੋਏ ਵਾਰ ਵਾਰ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਰਹੇ ਹਨ, ਅੱਜ ਸਾਰੀ ਸੀਨੀਅਰ ਲੀਡਰਸ਼ਿਪ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਪਾਰਟੀ ਦੀ ਮੁੱਢੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਅੱਜ ਹੀ ਪਾਰਟੀ ਵੱਲੋਂ ਇਹ ਫੈਸਲਾ ਜਿਹੜਾ ਦਿੱਲੀ ਦੀ ਅਨੁਮਤੀ ਕਰ ਦਿੱਤਾ। ਟਕਸਾਲੀ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਤੋਂ ਇਸ ਤਰ੍ਹਾਂ ਦੇ ਮਾਨ ਸਨਮਾਨ ਦੀ ਉਮੀਦ ਸ਼ਾਇਦ ਹੀ ਕੀਤੀ ਹੋਵੇ। ਸੇਖਵਾਂ ਦੇ ਖਿਲਾਫ ਇਸ ਕਾਰਵਾਈ ਨੂੰ ਉਹਨਾਂ ਵੱਲੋਂ ਪਾਰਟੀ ਪ੍ਰਧਾਨ ਦੇ ਅਸਤੀਫੇ ਦੀ ਮੰਗ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲਾਂਕਿ ਕਤਾਰ ਵਿੱਚ ਹਲੇ ਬ੍ਰਹਮਪੁਰਾ ਅਤੇ ਅਜਨਾਲਾ ਵੀ ਨੇ। ਉੱਥੇ ਹੀ ਇਸ ਕਾਰਵਾਈ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਟਕਸਾਲੀਆਂ ਨੂੰ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਹਨਾਂ ਕਰਕੇ ਅਕਾਲੀ ਨਹੀਂ, ਜਿਹੜੇ ਕੱਢਣ ਵਾਲੇ ਆ, ਮੈਂ ਅਕਾਲੀ ਹਾਂ, ਅਕਾਲੀ ਰਹੂੰਗਾ, ਹਰ ਮੇਰਾ ਰੋਮ ਰੋਮ ਅਕਾਲੀ ਦਲ 'ਚ ਆ ਅਤੇ ਜਿੰਨਾ ਚਿਰ ਮੇਰੇ 'ਚ ਸਵਾਸ ਨੇ ਉਨਾ ਚਿਰ ਮੈਂ ਅਕਾਲੀ ਦਲ 'ਚ ਰਹੂੰਗਾ। ਇਹ ਚੀਮਾ ਤਾਂ ਮੇਰਾ ਹੀ ਚੇਲਾ ਆ, ਇਹ ਚੀਮਾ ਕੌਣ ਆ ਮੈਨੂੰ ਪਾਰਟੀ 'ਚੋਂ ਕੱਢਣ ਵਾਲਾ? ਇਹ ਸੁਖਬੀਰ ਨੂੰ ਬਣਾਉਣ ਵਾਲੇ ਅਸੀਂ ਹਾਂ, ਇਹ ਕੌਣ ਆ ਸਾਨੂੰ ਪਾਰਟੀ 'ਚੋਂ ਕੱਢਣ ਵਾਲੇ? ਜਿੰਨਾ ਜਿੰਨੀ ਇਹਨਾਂ ਦਾ ਐਕਸਪੀਰੀਅੰਸ, ਸਾਡਾ ਜਿੰਨਾ ਐਕਸਪੀਰੀਅੰਸ ਆ ਉਨੀ ਇਹਨਾਂ ਦੀ ਉਮਰ ਨਹੀਂ। ਇਸ ਕਰਕੇ ਇਹ ਨਹੀਂ ਸਾਨੂੰ ਅਕਾਲੀ ਦਲ 'ਚੋਂ ਕੱਢ ਸਕਦੇ। ਇੱਕ ਵਕਤ ਆਏਗਾ ਲੋਕ ਇਹਨਾਂ ਨੂੰ ਅਕਾਲੀ ਦਲ 'ਚੋਂ ਕੱਢਣਗੇ, ਕਿਉਂਕਿ ਅਸੀਂ ਜਿਹੜਾ ਮਿਸ਼ਨ ਲੈ ਕੇ ਚੱਲੇ ਹਾਂ ਉਹ ਸਾਡਾ ਮਿਸ਼ਨ ਠੀਕ ਆ, ਸਾਡਾ ਅਕਾਲੀ ਦਲ ਆ, ਅਸੀਂ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਾਂਗੇ ਔਰ ਚੰਗੇ ਬੰਦੇ ਅਕਾਲੀ ਦਲ 'ਚ ਗਾੜੀ ਲੈ ਕੇ ਆਵਾਂਗੇ ਅਤੇ ਜਿਨ੍ਹਾਂ ਦੀ ਵਜ੍ਹਾ ਕਰਕੇ ਅਕਾਲੀ ਦਲ ਦਾ ਇਹ ਹਸ਼ਰ ਹੋਇਆ ਉਹਨਾਂ ਨੂੰ ਅਕਾਲੀ ਦਲ 'ਚੋਂ ਕੱਢਾਂਗੇ। ਇਹ ਉਹਨਾਂ ਦੀ ਵੈਸੇ ਤਾਂ ਇੰਟਰਨਲ ਪ੍ਰੋਬਲਮ ਹੈ ਪਾਰਟੀ ਦੀ, ਪਰ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਅਤੇ ਵਿਕਰਮਜੀਤ ਮਜੀਠੀਆ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਵਾਂਗੂ ਉਸ ਪਾਰਟੀ ਨੂੰ ਚਲਾ ਰਹੇ ਸੀ, ਉਹਦਾ ਇਹਦਾ ਇੱਕ ਦਿਨ ਲਾਵਾ ਫੁੱਟਣਾ ਸੀਗਾ। ਟਕਸਾਲੀ ਜਿਹੜੇ ਆਗੂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ, ਉਹਨਾਂ ਨੂੰ ਇੱਕ ਪਾਸੇ ਕਰਕੇ
ਅਤੇ ਇੱਕ ਆਪਣੇ ਪਰਿਵਾਰ ਦੇ ਵਿੱਚ ਜਿਹੜੀ ਪਾਰਟੀ ਜਿਹੜੀ ਉਹ ਚਲੀ ਗਈ। ਸੋ ਇਸ ਕਰਕੇ ਇਹ ਤਾਂ ਹੋਣਾ ਹੀ ਸੀ। ਵੈਸੇ ਕੁਦਰਤ ਦਾ ਨਿਯਮ ਵੀ ਹੈ ਕਿ ਜਿਹੜੀ ਚੀਜ਼ ਬਣਦੀ ਹੈ ਉਹ ਢਹਿੰਦੀ ਵੀ ਹੈ। 1920 'ਚ ਪਾਰਟੀ ਬਣੀ ਸੀ ਅਤੇ 2019 'ਚ ਖਤਮ। ਟਕਸਾਲੀਆਂ ਦੇ ਅਸਤੀਫੇ ਅਤੇ ਬਰਖਾਸਤਗੀਆਂ ਦੇ ਵਿਚਕਾਰ ਦਿੱਲੀ ਦੇ ਵਿੱਚ ਅਕਾਲੀ ਦਲ ਪੰਥਕ ਏਜੰਡੇ ਦੇ ਉੱਤੇ ਚੱਲਦਿਆਂ 84 ਪੀੜਤਾਂ ਦੇ ਲਈ ਇਨਸਾਫ਼ ਮੰਗਦਾ ਨਜ਼ਰ ਆਇਆ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਜੰਤਰ ਮੰਤਰ ਤੱਕ ਰੋਸ ਮਾਰਚ ਕੱਢ ਕੇ 84 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਪਰ ਸਵਾਲ ਸੀ ਕਿ ਆਖਿਰ ਇਹ ਇਨਸਾਫ਼ ਕਿਸ ਤੋਂ ਮੰਗਿਆ ਜਾ ਰਿਹਾ ਹੈ, ਸਰਕਾਰ ਤੋਂ ਜਾਂ ਫਿਰ ਕਾਂਗਰਸ ਤੋਂ? ਪੁਲਿਸ ਨੇ ਅਕਾਲੀਆਂ ਨੂੰ ਪ੍ਰੈਸ ਕਲੱਬ ਆਫ਼ ਇੰਡੀਆ ਦੇ ਨੇੜੇ ਹੀ ਰਾਇਸੀਨਾ ਰੋਡ 'ਤੇ ਰੋਕ ਦਿੱਤਾ ਅਤੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ ਗਿਆ। ਅਕਾਲੀ ਵਰਕਰ ਜੋ ਕਿ ਬੈਰੀਕੇਡ ਤੋੜ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਵੱਲ ਵੱਧ ਰਹੇ ਸੀ, ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਅਤੇ ਅਕਾਲੀ ਦਲ ਇੱਕ ਪਾਸੇ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਜੋ ਟਕਸਾਲੀ ਆਗੂ ਨੇ ਉਹ ਪਾਰਟੀ ਦੇ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਸੀ ਅਤੇ ਇਸ ਦੌਰਾਨ ਕਾਰਵਾਈ ਕੀਤੀ ਗਈ ਹੈ। ਪਹਿਲੀ ਵਾਰ ਇਸ ਤਰ੍ਹਾਂ ਦੱਸਿਆ ਕਿ ਸੇਵਾ ਸਿੰਘ ਸੇਖਵਾਂ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ, ਪਹਿਲੇ ਉਹ ਟਕਸਾਲੀ ਆਗੂ ਨੇ ਜਿਨ੍ਹਾਂ ਨੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਦੀ ਸਿਹਤ ਖਰਾਬ ਹੈ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਅਸਤੀਫਾ ਦਿੰਦੇ ਨੇ, ਰਣਜੀਤ ਸਿੰਘ ਬ੍ਰਹਮਪੁਰਾ ਤਮਾਮ ਅਹੁਦਿਆਂ ਤੋਂ ਅਸਤੀਫਾ ਦਿੰਦੇ ਨੇ, ਤਾਂ ਜ਼ਿਕਰ ਇਹੀ ਕਰਦੇ ਨੇ ਕਿ ਉਹਨਾਂ ਦੀ ਉਮਰ ਹੋ ਚੁੱਕੀ ਹੈ ਅਤੇ ਉਹ ਹੁਣ ਅੱਗੇ ਜਿਹੜਾ ਇਹ ਸਿਹਤ ਉਹਨਾਂ ਦੀ ਜਵਾਬ ਦੇ ਚੁੱਕੇ, ਇਸ ਲਈ ਉਹ ਪਾਰਟੀ ਦੇ ਵਿੱਚੋਂ ਇਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਹਾਲਾਂਕਿ ਜੋ ਸੇਖਵਾਂ ਨੇ ਉਹ ਜ਼ਿਕਰ ਕਰਦੇ ਨੇ ਕਿ ਕਿਸ ਤਰੀਕੇ ਨਾਲ ਪਾਰਟੀ ਪ੍ਰਤੀ ਉਹਨਾਂ ਦਾ ਰੋਸ ਸੀ, ਉਸ ਨੂੰ ਲੈ ਕੇ ਉਹਨਾਂ ਨੇ ਅਸਤੀਫਾ ਦਿੱਤਾ ਅਤੇ ਸ਼ਾਮ ਹੁੰਦਿਆਂ ਹੁੰਦਿਆਂ ਪਾਰਟੀ ਨੇ ਕਾਰਵਾਈ ਕੀਤੀ ਅਤੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਖਾਸ ਮਹਿਮਾਨ ਸਾਡੇ ਨਾਲ ਲਗਾਤਾਰ ਚੰਡੀਗੜ੍ਹ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ, ਚਰਚਾ ਕਰਾਂਗੇ ਇਸ ਪੂਰੇ ਮਸਲੇ ਦੇ ਉੱਤੇ। ਰਾਣਾ ਬਲਜੀਤ ਚਾਹਲ ਜੀ ਨੇ ਕਾਂਗਰਸ ਵੱਲੋਂ, ਡਾਕਟਰ ਏ ਪੀ ਸਾਂਵਰੀਆ ਜੀ ਨੇ ਬੀਜੇਪੀ ਦੇ ਵੱਲੋਂ, ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਤੋਂ, ਸੁਰਿੰਦਰ ਸਿੰਘ ਕਿਸ਼ਨਪੁਰਾ ਜੀ ਨੇ ਸਿੰਘ ਸਭਾ, ਕਰਨੈਲ ਸਿੰਘ ਪੀਰ ਮੁਹੰਮਦ ਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਾਂਵਰੀਆ ਸਾਹਿਬ, ਮੈਂ ਤੁਹਾਡੇ ਤੋਂ ਸਵਾਲ ਜਾਣਨਾ ਚਾਹੂੰਗਾ ਕਿ ਤੁਹਾਡੀ ਭਾਈਵਾਲ ਪਾਰਟੀ ਨੇ ਅੱਜ ਮੁਜ਼ਾਹਰਾ ਕੀਤਾ, ਕਿਹਾ ਇਹ ਗਿਆ ਕਿ ਇਨਸਾਫ਼ ਦੀ ਮੰਗ ਕਰਾਂਗੇ, 84 ਦੀ ਇਨਸਾਫ਼ ਦੀ ਮੰਗ ਨੂੰ ਲੈ ਕੇ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ। ਇਹ ਇਨਸਾਫ਼ ਦੀ ਮੰਗ ਕਿਸ ਤੋਂ ਸੀ? ਸੋ ਦਿੱਲੀ ਦੇ ਵਿੱਚ ਦੱਸ ਦਈਏ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇਸ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਪੁਲਿਸ ਦੇ ਵੱਲੋਂ ਹਾਲਾਂਕਿ ਪ੍ਰੈਸ ਕਲੱਬ ਆਫ ਇੰਡੀਆ ਦੇ ਕੋਲ ਹੀ ਅਕਾਲੀ ਦਲ ਨੂੰ ਰੋਕ ਦਿੱਤਾ ਗਿਆ, ਤਮਾਮ ਜੋ ਲੀਡਰਸ਼ਿਪ ਸੀ ਉਸ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ, ਕਾਰਕੁਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ, ਕਾਂਗਰਸ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਅਕਾਲੀ ਦਲ ਦਾ ਕਹਿਣਾ ਸੀ ਕਿ ਇਹ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਨੂੰ ਕਿ 34 ਵਰੇ ਪਹਿਲਾਂ ਜੋ ਕੁਝ ਘਟਨਾ ਕ੍ਰਮ ਵਾਪਰਿਆ ਸੀ ਉਸ ਦੇ ਲਈ ਕਾਂਗਰਸ ਜ਼ਿੰਮੇਵਾਰ ਹੈ। ਕਾਂਗਰਸ ਲਗਾਤਾਰ ਇਸ ਪ੍ਰਦਰਸ਼ਨ ਨੂੰ ਡਰਾਮਾ ਕਰਾਰ ਦੇ ਰਹੀ ਹੈ। ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਅਕਾਲੀ ਦਲ ਹੁਣ 2019 ਤੋਂ ਪਹਿਲਾਂ ਲਗਾਤਾਰ ਪੰਥਕ ਏਜੰਡੇ 'ਤੇ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਉਸੇ ਤਹਿਤ ਉਹਨਾਂ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਭਾਵੇਂ ਉਸ ਤੋਂ ਪਹਿਲਾਂ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਸਰਕਾਰ ਨੂੰ ਘੇਰਨਾ ਹੋਵੇ। ਅਰਦਾਸ ਸਮਾਗਮ ਜੋ ਵੱਖ ਵੱਖ ਤੱਕ ਸਾਹਿਬਾਨਾਂ 'ਤੇ ਕਰਵਾਏ ਗਏ, ਹੁਣ ਉਹ ਤਮਾਮ ਜੋ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵਿਰੋਧੀ ਇਸ ਦੇ ਨਾਲ ਜੋੜ ਕੇ ਪੇਸ਼ ਕਰ ਰਹੇ ਨੇ। ਅਤੇ ਇੱਕ ਵਾਰੀ ਮੁੜ ਤੋਂ ਸਾਡੇ ਮਹਿਮਾਨਾਂ ਦੇ ਨਾਲ ਸਾਡਾ ਸੰਪਰਕ ਜੁੜਿਆ ਹੈ। ਸਾਂਵਰੀਆ ਸਾਹਿਬ, ਤੁਹਾਡੇ ਤੋਂ ਮੇਰਾ ਪਹਿਲਾ ਸਵਾਲ ਸੀ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਸਰ ਆ ਰਹੀ ਹੈ ਮੇਰੀ ਆਵਾਜ਼? ਹਾਂ, ਮੇਰਾ ਸਵਾਲ ਤੁਹਾਨੂੰ ਸੀ ਕਿ ਤੁਹਾਡੀ ਭਾਈਵਾਲ ਪਾਰਟੀ ਨੇ ਅੱਜ ਪ੍ਰਦਰਸ਼ਨ ਕੀਤਾ ਅਤੇ ਉਹ ਜ਼ਿਕਰ ਕਰ ਰਹੇ ਸੀ ਕਿ ਇਨਸਾਫ਼ ਦੀ ਮੰਗ ਨੂੰ ਲੈ ਕੇ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਕਿ 84 ਦਾ ਇਨਸਾਫ਼ ਚਾਹੀਦਾ। ਸਵਾਲ ਇਹ ਹੈ ਕਿ ਇਨਸਾਫ਼ ਜਿਹੜਾ ਸੀ ਉਹ ਕਿਹਦੇ ਕੋਲੋਂ ਮੰਗਿਆ ਜਾ ਰਿਹਾ ਸੀ? ਦੇਖੋ ਸਾਹਿਬ, ਇਨਸਾਫ ਤਾਂ ਜਿਨ੍ਹਾਂ ਨੇ ਇਹ ਅਨਿਆਏ ਕੀਤਾ ਹੈ ਉਹਨਾਂ ਦੇ ਖਿਲਾਫ਼ ਹੀ ਇਹ ਪ੍ਰਦਰਸ਼ਨ ਅੱਜ ਕੀਤਾ ਹੈ ਸਾਡੇ ਭਾਈਵਾਲ ਪਾਰਟੀ ਅਕਾਲੀ ਦਲ ਨੇ ਕਿ ਇਹ ਜਿਹੜਾ ਨਸਲਕੁਸ਼ੀ 1984 ਦੀ ਹੋਈ ਸੀ, ਹੁਣ ਦੇਖੋ ਕਿੰਨਾ ਦੁਖਦਾਈ ਹੈ ਕਿ ਇੰਨੇ ਸਾਲ ਹੋ ਗਏ, ਇਹ ਉਹਨਾਂ ਨੂੰ ਪੁੱਛੋ ਜਿਹਨਾਂ ਦੇ ਲੋਕ ਮਾਰੇ ਗਏ ਨੇ, ਔਰ ਮਾਰੇ ਵੀ ਇੱਦਾਂ ਦੇ ਮਾਰੇ ਗਏ ਨੇ ਕਿ ਇਸ ਵੈਰੀ ਵੈਰੀ ਕਰੂਅਲ ਮਰਡਰ ਵਰ ਡਨ ਦੈਟ ਟਾਈਮ। ਜਿਹੜਾ ਇਹ ਇਨਸਾਫ਼ ਵੱਲ ਦੇਖੀਏ, ਇਨਸਾਫ਼ ਤਾਂ ਮਿਲਣਾ ਤਾਂ ਕੋਰਟਾਂ ਦੁਆਰਾ ਹੀ ਹੈ, ਸਰਕਾਰ। ਮੇਰਾ ਸਵਾਲ ਹੈ ਕਿ ਇਨਸਾਫ਼ ਜਿਹੜਾ ਹੈ ਇਸ ਮੌਜੂਦਾ ਵੇਲੇ ਜੋ ਇਸ ਵੇਲੇ ਸਥਿਤੀ ਹੈ ਉਹਦੇ ਉਸ ਸਥਿਤੀ ਦੇ ਵਿੱਚ ਇਨਸਾਫ਼ ਇਹ ਕਿਹਦੇ ਕੋਲੋਂ ਮੰਗਿਆ ਜਾਣਾ ਚਾਹੀਦਾ? ਕਾਂਗਰਸ ਨੂੰ ਤਾਂ ਤੁਸੀਂ ਦੋਸ਼ੀ ਠਹਿਰਾ ਰਹੇ ਹੋ, ਉਹਦੇ ਖਿਲਾਫ਼ ਉਹ ਪ੍ਰਦਰਸ਼ਨ ਕਰ ਰਹੇ ਨੇ, ਤੁਹਾਡੀ ਭਾਈਵਾਲ ਪਾਰਟੀ ਜੇਕਰ ਇਨਸਾਫ਼ ਮੰਗ ਰਹੀ ਹੈ, ਤੁਸੀਂ ਵੀ ਮੰਨ ਰਹੇ ਹੋ ਕਿ 84 ਦਾ ਇਹ ਕਤਲੇਆਮ ਹੋਇਆ,
ਤਾਂ ਉਹ ਇਨਸਾਫ ਦੀ ਉਮੀਦ ਹੁਣ ਲੋਕ ਮੌਜੂਦਾ ਵੇਲੇ ਤੇ ਕਿਹਦੇ ਕੋਲੋਂ ਕਰਨੀ ਚਾਹੀਦੀ ਹੈ ਲੋਕਾਂ ਨੂੰ? ਨਾ ਨਾ ਉਹ ਉਹ ਬਿਲਕੁਲ ਸਹੀ ਤੁਸੀਂ ਕਹਿੰਦੇ ਹੋ ਕਿ ਸਾਡੀ ਸਰਕਾਰ ਹੈ ਹੁਣ ਔਰ ਐਨਡੀਏ ਦੀ ਸਰਕਾਰ ਮੋਦੀ ਜੀ ਦੇ ਨੇਤਰਤਵ ਜਿੰਨੇ ਸਟੈਪ ਇਹ ਐਨਡੀਏ ਸਰਕਾਰ ਨੇ ਇਹਨਾਂ ਦੇ ਅਨਿਆਇ ਨੂੰ ਨਿਆਂ ਦੇਣ ਵਾਸਤੇ ਕੀਤੇ ਨੇ, ਸਪੈਸ਼ਲ ਸਪੈਸ਼ਲ ਕਮੇਟੀਆਂ ਬਣਾ ਬਣਾ ਕਰਕੇ ਤੋ ਬਟ ਕੀ ਹੋ ਰਿਹਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਜਿਹਨਾਂ ਦੇ ਟਾਈਮ ਤੇ ਇਹ ਅਨਿਆਇ ਹੋਇਆ ਉਹ ਉਹਨੂੰ ਡਿਲੇ ਕਰਨ ਦੀ ਵੇਰੀਅਸ ਟੈਕਟਿਕਸ ਉਹ ਇਹ ਕਰਦੀ ਹੈ ਕਿਉਂਕਿ ਉਹਨਾਂ ਦੇ ਫਿਤਰਤ ਵਿੱਚ ਤਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਸਰਕਾਰ ਦੇ ਵਿੱਚ ਵੀ ਕਾਂਗਰਸ ਦੇ ਟੈਕਟਿਕ ਵਰਤ ਰਹੀ ਹੈ ਕਿ ਇਨਸਾਫ ਨਾ ਮਿਲੇ 84 ਦੇ ਪੀੜਤਾਂ ਨੂੰ। ਹਾਂ ਉਹ ਡਿਲੇ ਟੈਕਟਿਕ ਉਹ ਤੋਂ ਹੁਣ ਵੀ ਉਹ ਟੈਕਟਿਕ ਵਰਤ ਰਹੀ ਹੈ ਤੁਹਾਡੀ ਸਰਕਾਰ ਹੋਣ ਦੇ ਬਾਵਜੂਦ। ਉਹ ਵੀ ਟੈਕਟਿਕ ਨਾ ਸਰਕਾਰ ਦਾ ਦੇਖੀ ਸਰਕਾਰ ਦੇ ਨਾਲ ਜਿਹੜੇ ਉਹ ਤੇ ਜਾ ਕੇ ਕੋਰਟ ਦੇ ਕੇਸ ਇੱਕ ਡਾਲਦੀ ਹੈ ਕੋਈ ਨਾ ਕੋਈ ਚੀਜ਼ ਡਿਲੇ ਕਰਨ ਵਾਸਤੇ ਕਰਦੀ ਹੈ। ਸਾਡੀ ਸਰਕਾਰ ਤੇ ਉਹ ਕੁਝ ਨਹੀਂ ਕਰ ਸਕਦੇ ਪਰ ਉਹਨਾਂ ਨੂੰ ਡਿਲੇ ਟੈਕਟਿਕ ਉਹਦਾ ਐਕਸਪਰਟ। ਠੀਕ ਹੈ ਸਾਹਮਣੇ ਸਾਹਿਬ ਮੈਂ ਫਿਰ ਤੋਂ ਤੁਹਾਡੇ ਕੋਲ ਆਉਂਗਾ ਸਰ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਹਾ ਜੁੜ ਚੁੱਕੇ ਨੇ। ਬਲਟੋਹਾ ਸਾਹਿਬ ਤੁਸੀਂ ਅੱਜ ਪ੍ਰਦਰਸ਼ਨ ਕੀਤਾ, ਇਹ ਇਨਸਾਫ ਦੀ ਮੰਗ ਸਵਾਲ ਹੀ ਪੁੱਛਿਆ ਜਾ ਰਿਹਾ ਕਿ ਕਿਹਦੇ ਕੋਲੋਂ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ? ਤੁਹਾਡੀ ਆਵਾਜ਼ ਸਾਡੇ ਤੱਕ ਸਹੀ ਤਰੀਕੇ ਨਹੀਂ ਪਹੁੰਚੀ, ਅਸੀਂ ਦੁਬਾਰਾ ਸੰਪਰਕ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਬਾਕੀ ਮਹਿਮਾਨਾਂ ਕੋਲ ਚੱਲਦੇ ਹਾਂ। ਸੁਰਿੰਦਰ ਸਿੰਘ ਜੀ, ਤੁਸੀਂ ਅੱਜ ਦਾ ਜੋ ਪ੍ਰਦਰਸ਼ਨ ਕੀਤਾ ਹੈ ਅਕਾਲੀ ਦਲ ਨੇ, ਤੁਹਾਨੂੰ ਲੱਗਦਾ ਹੈ ਕਿ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਸੀਗਾ ਜਾਂ ਕਿਸੇ ਹੋਰ ਮਕਸਦ ਲਈ? ਉਹ ਕੋਈ ਇਨਸਾਫ ਦੀ ਮੰਗ ਨੂੰ ਲੈ ਕੇ ਨਹੀਂ ਸੀ ਹੈਗਾ, ਸਿਰਫ ਆਪਣਾ ਪ੍ਰਦਰਸ਼ਨ ਕਰਨ ਲਈ ਉਹਨਾਂ ਨੇ ਕੀਤਾ ਹੈ। 15 ਸਾਲ ਅਕਾਲੀ ਦਲ ਦੀ ਪੰਜਾਬ 'ਚ ਸਰਕਾਰ ਰਹੀ ਹੈ, ਪ੍ਰਕਾਸ਼ ਸਿੰਘ ਬਾਦਲ ਸੀਐਮ ਰਿਹਾ 15 ਸਾਲ, ਉਹਨਾਂ ਨੇ ਕਿਹੜਾ ਕੇਸ ਲੜਿਆ ਹੈ, ਦਿੱਲੀ ਦੇ ਕਿਸ ਕੋਰਟ ਵਿੱਚ ਜਾ ਕੇ ਉਹ ਪੇਸ਼ ਹੋਏ ਨੇ, ਕੋਈ ਉਹਨਾਂ ਨੇ ਵਕੀਲਾਂ ਦਾ ਪੈਨਲ ਪੇਸ਼ ਕੀਤਾ ਹੋਵੇ, ਕਦੇ ਕੋਈ ਕੇਸ ਲੜਿਆ ਹੋਵੇ? 11 ਸਾਲ ਬੀਜੇਪੀ ਦੀ ਸਰਕਾਰ ਹੋ ਕੇ ਚਲੇ ਗਈ ਹੈ, ਆ ਚਲੇ ਜਾਣੀ ਹੈ 19 'ਚ, 11 ਸਾਲ ਹੋ ਜਾਣੇ, 6 ਸਾਲ ਵਾਜਪਾਈ ਸਾਹਿਬ ਦੀ ਸਰਕਾਰ ਰਹੀ ਹੈ ਅਤੇ 5 ਸਾਲ ਮੋਦੀ ਸਾਹਿਬ ਦੀ ਸਰਕਾਰ ਨੂੰ ਹੋ ਗਏ। ਕੀ ਕੋਰਟਾਂ ਸਰਕਾਰ ਦੇ ਅਧੀਨ ਨੇ? ਜੇ ਸਰਕਾਰ ਦੇ ਅਧੀਨ ਨੇ ਇਸੇ ਕਰਕੇ ਸਾਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਠੀਕ ਹੈ, ਤੁਸੀਂ ਮੰਨਦੇ ਹੋ ਕਿ ਇਦਾਂ ਦੇ ਇਹ ਧਰਨਿਆਂ ਨਾਲ ਇਨਸਾਫ ਨਹੀਂ ਮਿਲਣ ਵਾਲਾ? ਤੁਸੀਂ ਇਹ ਮੰਨਦੇ ਹੋ ਕਿ ਅਜਿਹੇ ਧਰਨਿਆਂ ਨਾਲ ਕਦੇ ਕੋਈ ਕਿਸੇ ਨੇ ਵੀ ਕਦੇ ਇਨਸਾਫ਼ ਨਹੀਂ ਸਾਡੇ ਨਾਲ ਕੀਤਾ? ਮੈਂ ਖੁਦ, ਮੇਰੇ ਨਾਲ ਪੀਰ ਮੁਹੰਮਦ ਸਾਹਿਬ ਬੈਠੇ ਆ, 2006 'ਚ ਅਸੀਂ ਕੜਕਾ ਡੂਮਾ ਕੋਰਟ 'ਚ ਸੀ, ਉੱਥੇ ਜੋ ਪ੍ਰਦਰਸ਼ਨ ਕੀਤਾ ਸੱਜਣ ਕੁਮਾਰ ਨੇ ਤੇ ਜਗਦੀਸ਼ ਟਾਈਟਲਰ ਨੇ, ਉਹਦੇ ਬੰਦੇ ਬਾਹਰ ਖੜੇ ਸੀ, ਅਸੀਂ ਕੋਰਟ ਦੇ ਅੰਦਰ ਸੀ। ਮੈਂ ਉਸ ਵੇਲੇ ਸਰਦਾਰ ਫੂਲਕਾ ਸਾਹਿਬ ਨੂੰ ਇਹ ਗੱਲ ਕਹੀ ਕਿ ਜਿਹੜਾ ਦਿੱਲੀ ਕਮੇਟੀ ਵੱਲੋਂ ਆਉਂਦਾ ਸੀ ਕਿ ਆਪਾਂ ਕੋਈ ਆਪਣੇ ਕੋਲ FIR ਹੈਗੀ ਜਿਹਦੇ ਤੇ ਆਪਾਂ ਕੇਸ ਲੜ ਰਹੇ ਹਾਂ? ਉਹ ਕਹਿੰਦੇ ਕੋਈ ਨਹੀਂ ਜੀ। ਮੈਂ ਵੀ ਆਪਾਂ ਕਰ ਕੀ ਰਹੇ ਉਰੇ ਖੜੇ ਹੁਣ? ਆਪਾਂ ਪਹਿਲਾਂ ਤਾਂ ਟਾਇਰ ਗਲਾਂ 'ਚ ਪਵਾ ਲਏ, ਹੁਣ ਜਿਹੜੇ ਬਾਕੀ ਹੈ 15-20 ਬੰਦੇ ਖੜੇ ਹੈ, ਆਪਾਂ ਵੀ ਸੜਨ ਆਏ ਉਰੇ। ਠੀਕ ਹੈ ਸੰਘੇੜਾ ਸਾਹਿਬ, ਕੋਰਟ ਹੀ ਨਹੀਂ, ਕੋਰਟ 'ਚ ਕੇਸ ਹੀ ਨਹੀਂ ਕੋਈ ਲੜ ਰਹੇ। ਸੰਘੇੜਾ ਸਾਹਿਬ, ਇਹ ਪ੍ਰਦਰਸ਼ਨ 'ਚੋਂ ਨਿਕਲਿਆ ਕੀ ਹਾਸਲ ਕੀ ਹੋਇਆ ਇਸ ਪ੍ਰਦਰਸ਼ਨ ਤੋਂ? ਦੇਖੋ, ਹਾਸਲ ਕੁਛ ਨਹੀਂ ਹੋਇਆ। ਜਿਹੜੇ ਮੁੱਦੇ ਦੇ ਨਾਮ ਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੁਛ ਕੀਤਾ ਆ, ਉਹ ਆਪਣੀ ਖੁਸ਼ੀ ਹੋਈ ਸ਼ਾਖ ਬਹਾਲ ਕਰਨ ਦੇ ਚੱਕਰ ਵਿੱਚ ਕਰ ਰਹੇ ਆ। ਦੇ ਆਰ ਨੋਟ ਸਿੰਸੀਅਰ ਬਟ ਦੇ ਆਰ ਸੇਇੰਗ, ਜੋ ਇਹਨਾਂ ਨੇ ਪਹਿਲਾਂ ਜਿਸ ਤਰ੍ਹਾਂ ਇਸੇ ਮੰਚ ਤੋਂ ਹੁਣ ਵੀ ਕਿਹਾ ਗਿਆ ਆ, ਪਹਿਲਾਂ 9 ਸਾਲ ਇਹਨਾਂ ਦੀ ਵੀ ਸਰਕਾਰ ਰਹੀ, ਇਹਨਾਂ ਨੇ ਕੁਛ ਨਹੀਂ ਕੀਤਾ। ਹੁਣ ਵੀ ਇਹਨਾਂ ਦੀ ਕੇਂਦਰ ਵਿੱਚ ਭਾਈਵਾਲ ਸਰਕਾਰ ਹੈ, ਜਿਹਦੇ ਵਿੱਚ ਖੁਦ ਮਿਸਿਸ ਬਾਦਲ ਜਿਹੜੇ ਆ ਉੱਥੇ ਕੈਬਨਿਟ ਮਿਨਿਸਟਰ ਨੇ। ਦੇਖੋ ਤੁਸੀਂ, ਜੋ ਸਰਕਾਰ ਹੁਣ ਮੌਜੂਦਾ ਸਰਕਾਰ ਹੈ, ਉਸ ਵੇਲੇ ਜੋ ਹੁਣ ਇਨਸਾਫ ਦੇਣਾ ਹੈ ਉਹ ਤਾਂ ਉਹਦੀ ਡਿਊਟੀ ਹੈ, ਉਸ ਸਰਕਾਰ ਦੀ, ਉਹ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਨ੍ਹਾਂ ਨੇ ਕੀਤਾ। ਬਹੁਤ ਮਾੜਾ ਕੀਤਾ, ਅਸੀਂ ਹਰ ਮੰਚ ਤੋਂ ਇਸ ਗੱਲ ਦੀ ਨਿੰਦਿਆ ਕੀਤੀ ਹੈ, ਇਹਦੇ ਵਿਰੁੱਧ ਸਟੈਂਡ ਲਿਆ, ਇਹਦੇ ਵਿਰੁੱਧ ਪ੍ਰਚਾਰ ਕੀਤਾ, ਇਹਦੇ ਵਿਰੁੱਧ ਖੜੇ ਹੋਏ ਹਾਂ ਕਿ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਫਾਹੇ ਟੰਗਣਾ ਚਾਹੀਦਾ ਆ। ਅਸੀਂ ਹਰ ਮੁਕਾਮ ਤੇ ਇਸ ਗੱਲ ਲਈ ਸੰਘਰਸ਼ ਕੀਤਾ ਆ, ਪਰ ਹੁਣ ਜਿਹੜੀ ਗੱਲ ਹੋ ਰਹੀ ਹੈ, ਇਹ ਲੋਕ ਇੰਨੀ ਦੇਰ ਸਰਕਾਰ 'ਚ ਰਹੇ, ਇਹਨਾਂ ਨੇ ਕੋਈ ਠੋਸ ਪਹਿਲ ਕਦਮੀ ਨਹੀਂ ਕੀਤੀ ਹੈਗੀ। ਈਵਨ ਭਾਜਪਾ ਗੱਠਜੋੜ, ਅਕਾਲੀ ਭਾਜਪਾ ਗੱਠਜੋੜ ਹੈ, ਕੇਂਦਰ ਸਰਕਾਰ ਹੈ ਇਹਨਾਂ ਦੀ, ਦਿੱਲੀ 'ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਇਮੀਡੀਏਟਲੀ SIT ਦਾ ਗਠਨ ਕੀਤਾ,
ਇਹਨਾਂ ਨੇ ਉਹਨੂੰ ਨਲੀਫਾਈ ਕਰਨ ਲਈ ਪਹਿਲਾ ਸਾਲ ਕੁਛ ਨਹੀਂ ਕੀਤਾ, ਫਿਰ ਐਸ ਆਈ ਟੀ ਦੀ ਸੈਂਟਰ ਗੌਰਮੈਂਟ ਨੇ ਗਠਨ ਕਰਤਾ, ਉਹਨੇ ਵੀ ਕੋਈ ਖਾਸ ਕਾਰਵਾਈ ਨਹੀਂ ਕੀਤੀ ਉਹਦੇ ਨਾਲ, ਸਟੇਟ ਦੀ ਗਠਿਤ ਕੀਤੀ ਹੋਈ ਐਸ ਆਈ ਟੀ ਆਪਣੇ ਆਪ ਜਿਹੜੀ ਹੈ ਨਲ ਐਂਡ ਵੋਇਡ ਹੋ ਜਾਂਦੀ ਆ। ਸੋ ਕੋਈ ਇਹ ਸਿੰਸੀਅਰ ਨਹੀਂ ਹੈਗੇ, ਇਹ ਸਿਰਫ ਤੇ ਸਿਰਫ ਸਿਆਸਤ ਕਰ ਰਹੇ ਆ, ਕਿਉਂਕਿ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਮਾੜਾ ਹਾਲ ਹੈ, ਚਾਹੇ ਉਹ ਬਹਿਬਲ ਕਲਾਂ ਬਰਗਾੜੀ ਵਾਲੇ ਕੇਸਾਂ ਵਿੱਚ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਇਹਨਾਂ ਨੇ ਡੇਢ ਸਾਲ ਕੁਛ ਨਹੀਂ ਕੀਤਾ, ਦੋ ਸਿੱਖ ਬੱਚਿਆਂ ਦਾ ਕਤਲ ਕੀਤਾ ਉਹਦੇ ਵਿੱਚ ਇਹਨਾਂ ਨੇ ਕੁਛ ਨਹੀਂ ਕੀਤਾ। ਠੀਕ ਹੈ, ਕਰਨੈਲ ਸਿੰਘ ਪੀਰ ਮੁਹੰਮਦ ਸਿੰਘ ਜੀ, ਕੀ ਹਾਸਲ ਹੋਇਆ ਇਸ ਧਰਨੇ? ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਉਹਨਾਂ ਨੂੰ ਛਡਾਉਣ ਲਈ ਇਹਨਾਂ ਨੇ ਕੁਛ ਨਹੀਂ ਕੀਤਾ, ਸਿਰਫ ਆਪਣੀ ਸ਼ਾਖ ਬਹਾਲ ਕਰਨ ਲਈ ਆ ਰਿਹਾ, ਕਿਉਂਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ। ਠੀਕ ਹੈ ਸੰਗੜਾ ਸਾਹਿਬ, ਕਰਨੈਲ ਸਿੰਘ ਪੀਰ ਮੁਹੰਮਦ, ਕੀ ਹਾਸਲ ਹੋਇਆ ਇਸ ਧਰਨੇ ਤੋਂ, ਕੀ ਧਰਨਿਆਂ ਤੋਂ ਇਨਸਾਫ ਮਿਲੇਗਾ? ਦੇਖੋ ਕੁਲਵਿੰਦਰ ਸਿੰਘ ਜੀ, ਜਿਹੜਾ ਧਰਨਿਆਂ ਪ੍ਰਦਰਸ਼ਨਾਂ ਦਾ ਦੌਰ ਹੈ ਇਹ ਪਿਛਲੇ 34 ਸਾਲਾਂ ਤੋਂ ਲਗਾਤਾਰ ਜਾਰੀ ਹੈ। ਇਸ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ, ਬਹੁਤ ਸਾਰੀਆਂ ਪਾਰਟੀਆਂ ਗਈਆਂ। ਈਵਨ ਵੀਪੀ ਸਿੰਘ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਜਦੋਂ ਨਹੀਂ ਸਨ ਤਾਂ ਉਹ ਸਾਡੇ ਨਾਲ ਆਣ ਕੇ ਜੰਤਰ ਮੰਤਰ ਦੇ ਉੱਪਰ ਉਦੋਂ ਜਦੋਂ ਸੰਘਰਸ਼ ਪੀੜਿਤ ਪਰਿਵਾਰ ਕਰਦੇ ਸੀ ਉਦੋਂ ਨਾਲ ਬੈਠਦੇ ਰਹੇ। ਇਸੇ ਤਰ੍ਹਾਂ ਸਮੇਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ, ਅੱਜ ਜਦੋਂ 34ਵਾਂ ਵਰ੍ਹਾ ਆ ਗਿਆ ਹੈ, 34 ਸਾਲ ਬੀਤ ਗਏ ਨੇ, ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹਦੇ ਉੱਪਰ ਆਪਣੀ ਸਿਆਸਤ ਕਰਨੀ, ਜੋ ਇੱਕ ਉਹਦਾ ਇੱਕ ਉਹਨੇ ਆਪਣਾ ਹੱਕ ਸਮਝਿਆ ਉਹ ਆ ਗਏ। ਲੇਕਿਨ ਮੈਂ ਮਹਿਸੂਸ ਕਰਦਾ ਕਿ ਸਭ ਤੋਂ ਮੇਨ ਗੱਲ ਇਹ ਜਿਹੜਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ, ਜੋ ਇੱਥੋਂ ਦੀ ਨਿਆਂ ਪਾਲਿਕਾ ਹੈ, ਜੋ ਇੱਥੋਂ ਦੀਆਂ ਸਰਕਾਰਾਂ ਦੀ ਪਾਲਿਸੀ ਹੈ, ਉਹ ਪਾਲਿਸੀ ਜਿਹੜੀ ਹੈ ਉਹ ਸਿੱਖ ਕੌਮ ਪ੍ਰਤੀ ਹੀ ਨਹੀਂ, ਜਿੰਨੀਆਂ ਵੀ ਘੱਟ ਗਿਣਤੀ ਕੌਮਾਂ ਨੇ ਉਹਨਾਂ ਪ੍ਰਤੀ ਇੰਨਾ ਨਾਦਰਸ਼ਾਹੀ ਸੋਚ ਰੱਖਦੀ ਹੈ, ਇੰਨੀ ਫਿਰਕੂ ਸੋਚ ਰੱਖਦੀ ਹੈ ਕਿ ਕੋਈ ਵੀ ਘੱਟ ਗਿਣਤੀ, ਅੱਜ ਕੇਰਲਾ ਦੇ ਵਿੱਚ ਤੁਸੀਂ ਦੇਖੋ ਉੱਥੇ ਇੱਕ ਪਾਸਟਰ ਜਿਹੜਾ ਸੀ ਉਹਦੇ ਦੋ ਬੱਚਿਆਂ ਨੂੰ ਅੱਗ ਲਾ ਕੇ ਜਿੰਦਾ ਜਲਾ ਦਿੱਤਾ ਗਿਆ, ਔਰ ਜਿਹੜਾ ਦਾਰਾ ਸਿੰਘ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੀ ਸਜ਼ਾ ਜਿਹੜੀ ਉਹ ਬਦਲ ਦਿੱਤੀ ਗਈ। ਈਵਨ ਦੂਸਰੇ ਪਾਸੇ ਤੁਸੀਂ ਦੇਖ ਲਓ ਜੋ ਗੁਜਰਾਤ ਦੇ ਵਿੱਚ ਅਹਿਮਦਾਬਾਦ ਦੇ ਵਿੱਚ ਇੰਨਾ ਵੱਡਾ ਦੰਗਾ ਫਸਾਦ ਕਰਾਇਆ ਗਿਆ ਉਹਦੇ ਵਿੱਚ ਸਿੱਧਾ ਮੌਕੇ ਦੇ ਪ੍ਰਧਾਨ ਮੰਤਰੀ ਦਾ ਨਾਮ ਆਉਂਦਾ ਸੀ, ਅਮਿਤ ਸ਼ਾਹ ਦਾ ਨਾਮ ਆਉਂਦਾ ਸੀ, ਲੇਕਿਨ ਉਸ ਦਾ ਕੁਝ ਨਹੀਂ ਬਣਿਆ ਅੱਜ ਤੱਕ। ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਸਿਰਫ ਆਪਣੀ ਪੰਥਕ ਰਾਜਨੀਤੀ ਨੂੰ ਅੱਗੇ ਵਧਾਉਣ ਦੇ ਲਈ ਤੇ ਪੰਜਾਬ 'ਚ ਜੋ ਜ਼ਿਕਰ ਹੋ ਰਿਹਾ ਹੈ ਕਿ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਲਈ ਉਹ ਇਸ ਤਰੀਕੇ ਦੇ ਧਰਨੇ ਕਰ ਰਹੇ? ਮੇਰੀ ਗੱਲ ਪੂਰੀ ਹੋ ਲੈਂਦੇ ਹੋ, ਜਿਹੜਾ ਅਕਾਲੀ ਦਲ ਹੈ ਸਵੇ ਵਿਰੋਧੀ ਕੰਮ ਕਰ ਰਿਹਾ ਹੈ, ਕਿਉਂਕਿ ਉਹਨਾਂ ਨੂੰ ਤਾਂ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਹੀ ਨਹੀਂ ਹੈਗੀ। ਉਹਨਾਂ ਨੂੰ ਬੀਜੇਪੀ ਦੀ ਸਰਕਾਰ ਜਿੰਦੇ ਉਹ ਭਾਈਵਾਲ ਨੇ, ਅੱਜ ਸਭ ਤੋਂ ਪਹਿਲਾਂ ਜਾ ਕੇ ਨਰਿੰਦਰ ਮੋਦੀ ਦਾ ਘਰ ਘੇਰਨਾ ਚਾਹੀਦਾ ਸੀ, ਰਾਜਨਾਥ ਸਿੰਘ ਦਾ ਘਰ ਘੇਰਨਾ ਚਾਹੀਦਾ ਸੀ, ਔਰ ਬੀਜੇਪੀ ਦਾ ਹੈੱਡਕੁਆਟਰ ਘੇਰਨਾ ਚਾਹੀਦਾ ਸੀ। ਔਰ ਮੈਂ ਇਹ ਗੱਲ ਕਹਾਂਗਾ, ਇੱਥੇ ਆਪਣੇ ਆਮ ਆਦਮੀ ਪਾਰਟੀ ਦੇ ਵੀ ਬੈਠੇ ਨੇ ਨੁਮਾਇੰਦੇ, ਆਮ ਆਦਮੀ ਪਾਰਟੀ ਨੇ ਵੀ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਵੀ ਵਾਅਦਾ ਪੂਰਾ ਨਹੀਂ ਹੋਇਆ। ਉਹਨਾਂ ਨੇ ਕਿਹਾ ਸੀ ਅਸੀਂ ਇਹ ਕਰਾਂਗੇ ਉਹ ਕਰਾਂਗੇ, ਉਹ ਕੁਝ ਨਹੀਂ ਹੋਇਆ। ਦਿੱਲੀ ਦੇ ਵਿੱਚ ਜਿਹੜੇ 90 ਗੁਰਦੁਆਰਿਆਂ ਦੇ ਉੱਪਰ ਅਟੈਕ ਹੋਇਆ, ਮੈਂ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਉਹ ਸਾਰੀ ਲਿਸਟ ਫੜਾ ਕੇ ਆਇਆ, ਔਰ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ। ਸੋ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਇਹ ਆਪਣਾ ਪ੍ਰਮਾਤਮਾ ਨੂੰ ਭੁੱਲ ਕੇ ਠੀਕ ਹੈ ਆਪਣੀ ਸਿਆਸਤ 'ਚ ਲੱਗੀਆਂ ਹੋਈਆਂ ਨੇ। ਠੀਕ ਹੈ ਸਰ, ਸੰਗੇੜਾ ਸਾਹਿਬ ਤੋਂ ਮੈਂ ਜਵਾਬ ਲਊਂਗਾ, ਸਿਆਸਤ ਦੇ ਉੱਤੇ ਲੱਗੀਆਂ ਹੋਈਆਂ ਨੇ। ਚਾਲ ਸਾਹਿਬ ਦੇ ਕੋਲੋਂ ਪਹਿਲਾਂ ਸਵਾਲ ਲੈ ਲਈਏ ਸੀ, ਮੈਂ ਪੀਰ ਮੁਹੰਮਦ ਜੀ ਕਿ ਉਹ ਜਸਟ ਨੁਕਤਾ ਚੀਨੀ ਸੰਗੇੜਾ ਸਾਹਿਬ ਮੈਂ ਆ ਰਿਹਾ ਇੱਕ ਮਿੰਟ, ਚਾਲ ਸਾਹਿਬ ਨੂੰ ਅਸੀਂ ਜੋੜੀਏ ਨਾਲ ਕਾਂਗਰਸ ਦੇ ਕੋਲੋਂ ਵੀ ਜਵਾਬ ਲੈ ਲਈਏ ਸੀ। ਕਈ ਗੱਲਾਂ ਜਿਹੜੀਆਂ ਆ ਹਾਂਜੀ ਆਮ ਆਦਮੀ ਪਾਰਟੀ ਦੀ ਜੁਰਿਸਡਿਕਸ਼ਨ ਚ ਨਹੀਂ ਹੈਗੀਆਂ, ਸਾਡੇ ਕੋਲ ਤਾਂ ਪੁਲਿਸ ਵੀ ਨਹੀਂ ਹੈਗੀ, ਅਸੀਂ ਜਿਹੜੀ ਵੀ ਕਮੇਟੀ ਦੇਖੋ ਉੱਥੇ। ਠੀਕ ਹੈ ਸੰਗੇੜਾ ਸਾਹਿਬ, ਹਾਂ ਤੁਹਾਡੇ ਕੋਲੋਂ ਜਵਾਬ ਅੱਗੇ ਲਵਾਂਗੇ। ਹਾਂ ਠੀਕ ਹੈ, ਚਾਲ ਸਾਹਿਬ ਨੂੰ ਪੁੱਛ ਲਈ ਅਸੀਂ ਜੋ ਅਕਾਲੀ ਦਲ ਨੇ ਸਵਾਲ ਚੁੱਕੇ ਨੇ, ਅਕਾਲੀ ਦਲ ਪ੍ਰਦਰਸ਼ਨ ਕਰ ਰਿਹਾ ਸੀ ਚਾਲ ਸਾਹਿਬ ਤੇ ਉਹ ਸਵਾਲ ਇਹ ਚੁੱਕ ਰਹੇ ਕਿ ਜਿਹੜੇ ਲੋਕਾਂ ਦੇ ਉੱਤੇ ਇਲਜ਼ਾਮ ਲੱਗੇ ਹੋਏ ਨੇ ਤੁਸੀਂ ਉਹਨਾਂ ਨੂੰ ਹਾਲੇ ਵੀ ਆਪਣੀ ਪਾਰਟੀ 'ਚ ਸਾਂਭੀ ਬੈਠੇ ਹੋ ਤੇ ਤੁਹਾਡੀ ਪਾਰਟੀ ਦੇ ਬਹੁਤ ਸਾਰੇ ਲੀਡਰ ਉਹਨਾਂ ਦੇ ਖਿਲਾਫ ਬਿਆਨਬਾਜ਼ੀਆਂ ਕਰ ਚੁੱਕੇ ਨੇ, ਤੁਸੀਂ ਉਹਨਾਂ ਲੋਕਾਂ ਦੇ ਖਿਲਾਫ ਕੋਈ ਐਕਸ਼ਨ ਕਦੇ ਨਹੀਂ ਲੈਂਦੇ? ਕੁਲਵਿੰਦਰ ਜੀ ਤੁਸੀਂ ਦੇਖੋ, ਪਹਿਲਾਂ ਸਭ ਤੋਂ ਵੱਡੀ ਹਾਸੋਹੀਣੀ ਗੱਲ ਹੈ ਕਿ ਅੱਜ ਤੱਕ ਜੰਤਰ ਮੰਤਰ ਦੇ ਉੱਤੇ ਧਰਨੇ ਸਰਕਾਰਾਂ ਵਿਰੁੱਧ ਹੁੰਦੇ ਆਏ ਆ ਤੇ ਅੱਜ ਪਹਿਲੀ ਵਾਰੀ ਹੋਈ ਆ ਵੀ ਇਹਨਾਂ ਨੇ ਜੰਤਰ ਮੰਤਰ ਦੇ ਉੱਤੇ ਸੱਦਾ ਦਿੱਤਾ ਰਾਹੁਲ ਗਾਂਧੀ ਜੀ ਦੇ ਘਰ ਦਾ ਘਰਾਓ ਕਰਨ ਵਾਸਤੇ। ਪਰ ਇਹ ਲੋਕਾਂ ਨੂੰ ਇੱਥੋਂ ਆਪ ਦੱਸਣ, ਇਹਨਾਂ ਦੀ ਸਰਕਾਰ ਦੇ ਵਿੱਚ ਜੋ ਭਾਈਵਾਲ ਆ, ਜਿੱਦਾਂ ਪਹਿਲਾਂ ਮੇਰੇ ਸਾਥੀ ਵੀ ਕਹਿ ਚੁੱਕਿਆ ਕਿ 4.5 ਸਾਲ ਹੋ ਗਏ ਕੇਂਦਰ ਦੇ ਵਿੱਚ, ਵਜ਼ਾਰਤ ਦੇ ਵਿੱਚ ਬੀਬਾ ਹਰਸਿਮਰਤ ਕੌਰ ਮਿਨਿਸਟਰ ਰਹੇ ਨੇ, ਉਹਨਾਂ ਨੇ ਕੀ ਕੀਤਾ? ਉਸ ਤੋਂ ਬਾਅਦ ਰਾਜਨਾਥ ਸਿੰਘ ਨੇ ਕਈ ਵਾਅਦੇ ਕੀਤੇ, ਕੰਪਨਸੇਸ਼ਨ ਦੇਣ ਦੇ ਵਾਅਦੇ ਕੀਤੇ, ਤੇ ਜਦੋਂ ਗੱਲ ਕੀਤੀ ਗਈ ਸਾਡੀ ਬੀਬੀ ਮੱਲੀ ਨੇ ਕੈਨੇਡਾ ਦੇ ਚੰਟਾਰੀਓ ਦੇ ਜੈਨੋਸਾਈਡ ਡੇ ਵਾਸਤੇ ਮੌਨ ਵਾਸਤੇ
ਜੋ ਇੱਕ ਦਿਨ ਤੈਅ ਕੀਤਾ ਤੇ ਇਹਨਾਂ ਨੇ ਉਦੋਂ ਬਾਅਦ ਜੋ ਰਾਜਨਾਥ ਸਿੰਘ ਤਿੱਕਰ ਉਹ ਗੱਲ ਕੀਤੀ ਗਈ ਵੀ ਦਿਨ ਨੂੰ ਉੱਥੇ ਮੌਨ ਰੱਖਿਆ ਜਾਵੇ ਉਹਨਾਂ ਦੀ ਸ਼ਹਾਦਤ ਦੇ ਵਿੱਚ, ਉਹ ਉਸ ਗੱਲ ਤੋਂ ਭੱਜ ਗਏ। ਸੋ ਇਹ ਜੋ ਅੱਜ ਅਕਾਲੀ ਦਲ ਨੇ ਇੱਕ ਟੈਕਟ ਕੀਤਾ ਬਰਗਾੜੀ ਵਾਲੇ ਮੁੱਦੇ ਤੋਂ ਯੂ ਟਰਨ ਮਾਰਨ ਵਾਸਤੇ, ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਅੱਜ ਇੱਥੇ ਕੀਤਾ ਜੋ ਧਰਨਾ ਕੀਤਾ, ਜਿੱਥੋਂ ਤੱਕ ਤੁਸੀਂ ਕਾਂਗਰਸ ਦੀ ਗੱਲ ਕਰ ਰਹੇ ਹੋ। ਚਲੋ ਮੈਂ ਇਸ ਗੱਲ ਦੇ ਮੰਨਿਆ ਕਿ ਪਾਰਟੀ ਕੋਈ ਵੀ ਹੋਵੇ ਇੱਕ ਇਨਸਾਨੀਅਤ ਤੌਰ ਦੇ ਉੱਤੇ, ਮੈਂ ਆਪਣੇ ਵੱਲੋਂ ਗੱਲ ਕਰ ਰਿਹਾ ਕਿ ਉਹ ਆਪਣੇ ਬੰਦਿਆਂ ਨੂੰ ਪ੍ਰੋਟੈਕਟ ਕਰਦੇ ਆ, ਜੋ ਕਿ ਕਾਂਗਰਸ ਨੂੰ ਨਹੀਂ ਕਰਨਾ ਚਾਹੀਦਾ ਜੇ ਕਰਦੇ ਆ ਤਾਂ। ਤੁਸੀਂ ਪ੍ਰੋਟੈਕਟ ਕਰ ਰਹੇ ਹੋ ਟਾਈਟਲਰ ਦਾ ਕੋਈ ਮਰਜ਼ੀ ਹੋਣਾ, ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ? ਮੈਂ ਕੁਲਵਿੰਦਰ ਜੀ ਇਹਨਾਂ ਦੀ ਪਾਰਟੀ 'ਚ ਬੈਠੇ ਆ ਜੀ। ਮੇਰੀ ਕੁਲਵਿੰਦਰ ਜੀ ਮੈਂ ਗੱਲ ਕਰ ਰਿਹਾ, ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦਿਓ। ਮੈਂ ਗੱਲ ਕਰ ਰਿਹਾ ਜੇ ਉਹ ਕਿਤੇ ਨਾ ਕਿਤੇ ਪਾਰਟੀ ਇਸ ਗੱਲ ਪ੍ਰਤੀ ਕਰ ਰਹੀ ਹੈ, ਐਜ਼ ਏ ਪੰਜਾਬੀ ਐਜ਼ ਏ ਸਿੱਖ ਮੈਂ ਤਾਂ ਗੱਲ ਕਰ ਰਿਹਾ ਵੀ ਉਹਨਾਂ ਬੰਦਿਆਂ ਨੂੰ ਹੁਣ ਤਾਂ ਹੀ ਕੱਢ ਦੇਣਾ ਚਾਹੀਦਾ ਸੀ ਜੋ ਉਹਨਾਂ ਤੇ ਇਤਰਾਜ਼ ਲੱਗੇ ਆ। ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਬਈ ਮੌਜੂਦਾ ਸਮੇਂ ਦੇ ਵਿੱਚ ਜਿੱਦਾਂ ਸਾਵਰੀਆ ਸਾਹਿਬ ਨੇ ਇਹ ਗੱਲ ਕਿਹਾ, ਸਰਕਾਰ ਇਹਨਾਂ ਦੀ ਹੋਵੇ ਕਾਂਗਰਸ ਕੀ ਟੈਕਟ ਖੇਡ ਸਕਦੀ ਹੈ ਉੱਥੇ? ਅੱਜ ਇਹਨਾਂ ਨੂੰ ਇਹ ਗੱਲ ਕਰਨ ਦੀ ਬਜਾਏ ਮੋਦੀ ਸਾਹਿਬ ਤੁਹਾਡੇ ਤੇ ਵੀ ਸਵਾਲ ਇਹ ਹੈ ਨਾ ਕਿ ਤੁਸੀਂ ਜਦੋਂ ਤੁਸੀਂ ਮੰਨਦੇ ਹੋ, ਤੁਹਾਡੀ ਪਾਰਟੀ ਦੇ ਬਹੁਤ ਸਾਰੇ ਲੀਡਰ ਬਿਆਨ ਦੇ ਚੁੱਕੇ ਨੇ ਉਹਨਾਂ ਲੋਕਾਂ ਦੇ ਨਾਮ ਬਕਾਇਦਾ ਲੈ ਕੇ ਕਿ ਕੌਣ ਲੋਕ ਨੇ ਉਹ, ਫਿਰ ਵੀ ਤੁਸੀਂ ਜੇ ਤੁਸੀਂ ਗੰਭੀਰ ਹੈਗੇ ਹੋ ਤਾਂ ਤੁਹਾਡੀ ਵੀ ਗੰਭੀਰਤਾ ਕਿਤੇ ਨਜ਼ਰ ਨਹੀਂ ਆਉਂਦੀ। ਤੁਸੀਂ ਉਹਨਾਂ ਲੋਕਾਂ ਦੇ ਖਿਲਾਫ ਕੀ ਕਾਰਵਾਈ ਕਰ ਰਹੇ ਹੋ? ਘੱਟੋ ਘੱਟ ਪਾਰਟੀ 'ਚ ਤੁਸੀਂ ਜੇ ਉਹਨਾਂ ਨੂੰ ਰੱਖਿਆ ਹੋਇਆ ਤਾਂ ਅਕਾਲੀ ਦਲ ਵੀ ਇਲਜ਼ਾਮ ਲਾਉਂਦਾ ਕਿ ਤੁਸੀਂ ਆਪਣੀ ਸਿਰਫ ਸਾਖ ਬਚਾਉਣ ਲਈ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ, ਜੋ ਤੁਸੀਂ ਮੰਨ ਰਹੇ ਹੋ। ਮੈਂ ਕੁਲਵਿੰਦਰ ਜੀ ਜੇ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਆ, ਐਜ਼ ਬੀਂਗ ਐਜ਼ ਏ ਹਿਊਮਨ ਬੀਂਗ, ਹਮੇਸ਼ਾ ਨਹੀਂ ਹੁੰਦਾ ਵੀ ਪਾਰਟੀ ਦੇ ਪੱਖ ਦੀ ਹੀ ਗੱਲ ਕੀਤੀ ਜਾਵੇ। ਕਿਤੇ ਨਾ ਕਿਤੇ ਇਹ ਬਹੁਤ ਵੱਡਾ ਕਤਲੋ ਗੈਰਤ ਹੋਇਆ ਸਾਡੀ ਸਿੱਖੀ ਦੇ ਨਾਲ, ਸਿੱਖ ਹੋਣ ਦੇ ਨਾਤੇ ਮੈਂ ਗੱਲ ਕਹਿ ਰਿਹਾ ਵੀ ਜੇ ਕਿਤੇ ਪਾਰਟੀ ਕਰ ਰਹੀ ਹੈ ਉਹਨਾਂ ਨੂੰ ਕਰਨਾ ਚਾਹੀਦਾ। ਪਰ ਤੁਸੀਂ ਮੈਨੂੰ ਦੱਸੋ ਇਹਨਾਂ ਨੇ ਅੱਜ ਬੀਜੇਪੀ ਦੀ ਸਰਕਾਰ ਬੈਠੀ, ਇਹਨਾਂ ਨੇ ਕਿੰਨੇ ਬੰਦਿਆਂ ਦੇ FIR ਕਰਵਾ ਦਿੱਤੀ? ਠੀਕ ਹੈ, ਤੁਹਾਡੀ ਗੱਲ ਮੈਂ ਉਹੀ ਕਹਿ ਰਿਹਾ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਕਿ ਉਹ ਲੋਕਾਂ ਨੂੰ ਪ੍ਰੋਟੈਕਟ ਪਾਰਟੀ ਕਰ ਰਹੀ ਹੈ, ਕਾਂਗਰਸ ਪ੍ਰੋਟੈਕਟ ਕਰ ਰਹੀ ਹੈ, ਉਹਨਾਂ ਨੂੰ ਬਾਹਰ ਕਰਨਾ ਚਾਹੀਦਾ ਸੀ ਪਾਰਟੀ ਚੋਂ ਘੱਟੋ ਘੱਟ। ਤੁਸੀਂ ਦੇਖੋ ਟਾਈਟਲਰ ਜਗਦੀਸ਼ ਟਾਈਟਲਰ ਨੂੰ ਕੇਰਾਂ ਖੁੱਡੇ ਲੈਣ ਲਾ ਰੱਖਿਆ ਪਾਰਟੀ ਨੇ ਹੁਣ ਤੱਕ, ਖੁੱਡੇ ਲੈਣ ਉਹਨੂੰ ਖੁੱਡੇ ਲੈਣ ਲਾਉਣਾ ਹੀ ਕਾਫੀ ਆ, ਜਿਨ੍ਹਾਂ ਨੇ ਸਿੱਖਾਂ ਦੇ ਨਿਰਦੋਸ਼ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗਾਂ ਲਾਈਆਂ। ਸੋ ਤੁਸੀਂ ਕਿਸੇ ਵੀ ਤਰ੍ਹਾਂ ਇਸ ਗੱਲ ਨੂੰ ਜਸਟੀਫਾਈ ਨਹੀਂ ਕਰ ਸਕਦੇ ਕਿ ਕਾਤਲ ਜਿਨ੍ਹਾਂ ਨੇ 3 ਦਿਨ ਉੱਥੇ ਮੌਤ ਦਾ ਤਾਂਡਵ ਰਚਿਆ ਉਹਨਾਂ ਨੂੰ ਪਾਰਟੀ ਦੇ ਵਿੱਚ ਰੱਖਣ ਦਾ ਕੋਈ ਵੀ ਬਹਾਨਾ ਨਹੀਂ ਹੈਗਾ, ਬਹਾਨਾ ਨਹੀਂ ਹੈ। ਤੇ ਤੁਸੀਂ ਫਿਰ ਪ੍ਰਦਰਸ਼ਨ ਨੂੰ ਤੁਸੀਂ ਡਰਾਮਾ ਕਿਉਂ ਕਹਿ ਰਹੇ ਹੋ? ਫਿਰ ਤਾਂ ਉਹ ਪ੍ਰਦਰਸ਼ਨ ਕਰ ਰਹੇ ਨੇ, ਤੁਹਾਡੇ ਤੋਂ ਮੰਗ ਕਰ ਰਹੇ ਨੇ ਕਿ ਜਿਹੜੇ ਲੋਕਾਂ ਨੂੰ ਤੁਸੀਂ ਬਿਠਾਇਆ ਹੋਇਆ ਉਹ ਪ੍ਰਦਰਸ਼ਨ ਡਰਾਮਾ ਕਿਉਂ ਕਹਿ ਰਹੇ ਹੋ ਤੁਸੀਂ? ਪ੍ਰਦਰਸ਼ਨ ਨੂੰ ਡਰਾਮਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਹਨਾਂ ਨੇ ਪਿੱਛੇ ਦੱਸੋ ਸਿੱਖੀ ਦੇ ਲਈ ਕੀ ਕੀਤਾ ਪੰਜਾਬ ਦੇ ਵਿੱਚ, ਬਰਗਾੜੀ ਚੋਂ ਇੱਕ ਇਹਨਾਂ ਨੇ ਬਰਗਾੜੀ ਦੇ ਵਿੱਚ ਐਡਾ ਵੱਡਾ ਹਾਦਸਾ ਹੋ ਗਿਆ, ਉਹਦੇ ਵਿੱਚ ਮੈਂ ਆਪਣੇ ਹਿਸਾਬ ਨਾਲ SSP ਜਾਂ ਮੌਕੇ ਦੇ ਅਫਸਰ ਨੂੰ ਨਹੀਂ ਮੰਨਦਾ। 2:30 ਵਜੇ ਜੋ ਮੁੱਖ ਮੰਤਰੀ ਨੇ ਉੱਥੋਂ ਹੁਕਮ ਦਿੱਤਾ ਉਹ ਤੁਸੀਂ ਦੱਸੋ, ਉਸ ਤੋਂ ਤਾਂ ਭੱਜ ਜਾਂਦੇ ਆ। ਉਹਦੇ ਚ ਵੀ ਤਾਂ ਤੁਸੀਂ ਇਸ ਵਾਲੀ ਗੱਲ ਕਰ ਰਹੇ, ਤੁਸੀਂ ਕਮਿਸ਼ਨ ਬਣਾਉਨੇ ਹੋ, ਹੁਣ SIT ਬਣਾਈ ਹੋਈ ਆ, ਜਿਸ ਦਿਨ ਤੁਸੀਂ ਇਨਸਾਫ ਦਿਵਾਓਗੇ ਉਹਦੇ ਚ ਤੁਸੀਂ ਵੀ ਹੱਕਦਾਰ ਹੋਵੋਗੇ ਇਹ ਗੱਲ ਕਹਿਣ ਦੇ। ਹਾਲੇ ਤਾਂ ਤੁਸੀਂ ਵੀ ਇਨਸਾਫ ਨਹੀਂ ਦਿਵਾ ਸਕੇ ਹੋ। ਮੈਂ ਦਵਾ ਸਕੇ ਉਸ ਤਰੀਕ ਦਾ ਜਿਹੜਾ ਜਿਹੜੀ ਸਾਡੀ ਜੁਡੀਸ਼ਰੀ ਆ ਉਹਦਾ ਵੀ 90 ਦਿਨਾਂ ਦਾ ਹੁੰਦਾ, ਜਦੋਂ ਕਿਸੇ ਦੇ ਨਾਂ ਆਉਂਦੇ ਆ ਉਸ ਤੋਂ ਬਾਅਦ ਚਲਾਨ ਪੇਸ਼ ਹੁੰਦਾ, ਉਹਦੇ ਤੇ ਕਾਰਵਾਈ ਹੁੰਦੀ ਆ। ਜੇ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਪੰਜਾਬ ਦੇ ਨਾਲ, ਠੀਕ ਹੈ ਨਾ, ਉਹ ਵਾਅਦੇ ਦੀ ਇੰਤਜ਼ਾਰ 'ਚ ਹੈਗੇ ਨੇ ਲੋਕ, ਸੱਚ ਕਦੋਂ ਹੁੰਦਾ? ਸਾਂਵਰੀਆ ਸਾਹਿਬ, ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕਤਲੇਆਮ ਦੀ ਗੱਲ ਹਰ ਕੋਈ ਮੰਨਦਾ, ਪਰ ਸਵਾਲ ਇਹ ਉੱਠਦਾ ਹੈ ਕਿ 4 ਸਾਲਾਂ 'ਚ ਲੋਕਾਂ ਨੇ ਉਮੀਦ ਕੀਤੀ ਸੀ ਕਿ ਸੱਤਾ ਬਦਲੀ ਹੈ, ਕਾਂਗਰਸ ਨੂੰ ਲੈ ਕੇ ਉਮੀਦ ਲੋਕ ਨਹੀਂ ਕਰਦੇ ਕਿ ਉਹਨਾਂ 'ਤੇ ਇਲਜ਼ਾਮ ਨੇ ਉਸ ਇਨਸਾਫ ਦਵਾ ਸਕਦੇ ਨੇ। ਤੁਹਾਡੀ ਪਾਰਟੀ ਤੋਂ ਬਹੁਤ ਸਾਰੇ ਲੋਕਾਂ ਨੂੰ ਉਮੀਦਾਂ ਸੀਗੀਆਂ, ਆਸਾਂ ਸੀਗੀਆਂ, ਉਹਨਾਂ ਦੇ ਉੱਤੇ ਤੁਹਾਡੀ ਪਾਰਟੀ ਕਿਉਂ ਨਹੀਂ ਖਰੀ ਉਤਰ ਸਕੀ? ਫਿਰ ਕੁਲਵਿੰਦਰ ਜੀ, ਆਪ ਜੀ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲੇ ਮੈਂ ਰੈਫਰ ਕਰਦਾ ਆਉਣੇ ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਮਾਈਨੋਰਿਟੀ ਦਾ ਇੱਕ ਹਵਾ ਖੜਾ ਕਰਦੇ, ਹੁਣ ਇਹ ਚੰਦ ਮਿੰਟ ਪਹਿਲੇ ਕਿ ਜਿੰਨੀ ਮਾਈਨੋਰਿਟੀ ਨੇ ਉਹ ਬਹੁਤ ਖਰਾਬ ਹਾਲਤ ਸਾਡੀ ਕੰਟਰੀ ਵਿੱਚ ਆਏ। ਹੁਣ ਮੈਂ ਸਮਝਣਾ, ਮੈਂ ਇਹਨਾਂ ਨੂੰ ਇਹ ਸਮਝਾ ਦੇਣਾ ਚਾਹੁੰਦਾ, ਉਹਨਾਂ ਨੇ ਕਿਹਾ ਕਿ ਗੋਦਾਰਾ ਕਾਂਡ ਜਿਹੜਾ ਕੇਸ ਹੈ ਉੱਥੇ ਪ੍ਰਧਾਨ ਮੰਤਰੀ ਦਾ ਨਾਮ ਆਇਆ ਤੇ ਅਮਿਤ ਸ਼ਾਹ ਜੀ ਦਾ ਨਾਮ ਆਇਆ। ਮੈਂ ਇਹਨਾਂ ਦਾ ਰਿਕਾਰਡ ਠੀਕ ਕਰ ਦਿੰਦਾ ਕਿ ਗੋਦਾਰਾ ਕਾਂਡ ਦੀ ਪੂਰੀ ਜਾਂਚ ਹੋ ਚੁੱਕੀ ਨੇ, ਉਹ ਉਹਨਾਂ ਦੇ ਨਾਂ ਤੇ ਬਿਲਕੁਲ ਕੋਈ ਕਿੱਥੇ ਕੀਚੜ ਨਹੀਂ ਆਇਆ। ਹੁਣ ਇਹ ਮਾਈਨੋਰਿਟੀ ਦਾ ਦਿਖਾ ਰਹੇ ਨੇ ਕਿ ਕੇਰਲਾ ਵਿੱਚ ਇਹ ਹੋ ਗਿਆ, ਉੱਥੇ 2 ਬੰਦੇ ਮਾਰਤੇ ਕੋਈ। ਮੈਂ ਕਹਿਣਾ ਚਾਹੁੰਦਾ ਕਿ ਮਾਈਨੋਰਿਟੀ ਵਿੱਚ ਕੋਈ ਡਰ ਨਹੀਂ ਹੈ, ਇਨ ਪੋਲੀਟੀਕਲ ਪਾਰਟੀਆਂ ਵਿੱਚ ਡਰ ਹੈ। ਮੇਰੇ ਕਾਂਗਰਸ ਦੇ ਬੁਲਾਰੇ ਹੁਣ ਬੈਠੇ ਹੋਏ ਨੇ, ਕਹਿ ਰਹੇ ਨੇ ਬਾਰੀ ਚੀਜ਼ੇ ਕਿ ਅਸੀਂ ਤਾਂ ਜਿਨ ਲੋਕਾਂ ਦੇ ਐਵੀਡੈਂਸ ਨੇ ਕਿ ਉਹਨਾਂ ਨੇ ਮਾਰਿਆ, ਉਹ ਤਾਂ ਪਾਰਟੀ ਤੇ
ਸਾਵਰੀਆ ਸਾਹਿਬ 34 ਸਾਲ ਬੀਤ ਗਏ ਨੇ, 34 ਸਾਲ ਬੀਤ ਗਏ ਨੇ, ਦੱਸੋ ਕਿਹੜੇ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ? ਤੁਹਾਡੇ ਵਿੱਚ ਨਹੀਂ ਬੋਲਿਆ ਸੀ, ਮੇਰੀ ਗੱਲ ਸੁਣ ਲਿਓ। ਹੁਣ ਕਹਿਣ ਦਾ ਮਤਲਬ ਜਿਹਨਾਂ ਨੂੰ ਡਰ ਜਿਹੜਾ ਲੱਗ ਰਿਹਾ ਹੈ, ਮੈਂ ਕੋਟ ਕਰਦਾ ਇਹਨਾਂ ਦੇ ਲੀਡਰ। ਠੀਕ ਹੈ ਸਾਵਰੀਆ ਸਾਹਿਬ, ਠੀਕ ਹੈ ਤੁਹਾਡੀ ਗੱਲ, ਮੇਰਾ ਸਵਾਲ ਉਹ ਨਹੀਂ ਹੈਗਾ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਰਾਜ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਹੈਗੀਆਂ ਨੇ। ਮੇਰਾ ਸਵਾਲ ਤੁਹਾਨੂੰ ਇਹ ਸੀ ਕਿ ਤੁਹਾਡੇ ਤੋਂ ਲੋਕ ਉਮੀਦ ਕਰਦੇ ਸੀ ਨਾ ਕਿ 34 ਸਾਲਾਂ ਬਾਅਦ ਤੁਸੀਂ ਤਾਂ ਇਨਸਾਫ ਦਿਵਾਓਗੇ ਘੱਟੋ ਘੱਟ। ਤੁਹਾਡੇ ਚਾਰ ਸਾਲ ਬੀਤ ਗਏ ਨੇ, ਤੁਹਾਡੇ ਤੋਂ ਵੀ ਉਮੀਦ ਕੀ ਲੋਕਾਂ ਨੂੰ ਛੱਡ ਦੇਣੀ ਚਾਹੀਦੀ ਹੈ? ਸਿੰਘ ਜੀ, ਕੁਲਵਿੰਦਰ ਸਿੰਘ ਜੀ, ਇਹ ਜੱਲਿਆਂਵਾਲਾ ਬਾਗ ਦਾ ਕਾਂਡ ਹੋਇਆ, ਜਦੋਂ ਮੇਰੀ ਗੱਲ ਸੁਣੋ, ਜੱਲਿਆਂਵਾਲੇ ਬਾਗ ਦੇ ਵਾਸਤੇ ਇਹ ਅੱਜ ਵੀ ਕਹਿੰਦੇ ਨੇ ਕਿ ਉਹ ਅੰਗਰੇਜ਼ ਜਿਹੜੇ ਆ ਮਾਫੀ ਮੰਗਣ। ਲੇਕਿਨ ਜਿਹੜਾ ਨਵੰਬਰ 1984 ਦਾ ਸਿੱਖ ਅਦਲੇਆਮ ਹੈ, ਉਹਦੇ ਦੋਸ਼ੀ ਜਿਹੜੇ ਇਹਨਾਂ ਦੇ ਅੱਖਾਂ ਦੇ ਸਾਹਮਣੇ ਘੁੰਮਦੇ ਨੇ, ਔਰ ਉਹਦੇ ਵਾਸਤੇ ਸਾਵਰੀਆ ਸਾਹਿਬ ਇੱਕ ਛੋਟਾ ਜਿਹਾ ਸਵਾਲ, ਕੀ ਤੁਸੀਂ ਦੱਸ ਸਕਦੇ ਹੋ ਕਿ 4 ਸਾਲਾਂ 'ਚ ਤੁਹਾਡੀ ਸਰਕਾਰ ਨੇ ਕੀ ਕੀਤਾ? ਤੁਸੀਂ ਕੀਤਾ ਕੀ ਹੈ? ਮਤਲਬ ਜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਮਾਨਦਾਰ ਹੋ, ਤੁਸੀਂ ਕੀ ਕੀਤਾ? ਪੂਰੀ ਤਰ੍ਹਾਂ ਤੋਂ ਇਸ ਮੁਕਾਬਲੇ ਬਹੁਤ ਫਾਸਟ ਟਰੈਕ ਤੇ ਲੈਣ ਵਾਸਤੇ SIT ਨੇ ਤਾਂ ਜਿਹੜੇ ਕੇਸ ਚੱਲਦੇ ਸੀ ਉਹ ਵੀ ਬੰਦ ਕਰਨ ਦੀ ਸਿਫਾਰਿਸ਼ ਕਰ ਦਿੱਤੀ। ਜਿਹੜੇ ਕੇਸ ਚੱਲਦੇ ਸੀ ਉਹ ਵੀ ਕਿਹਾ ਕਿ ਬੰਦ ਕਰ ਦਿਓ। ਸਰਕਾਰੀ SIT ਬਣਾ ਪਾਈ, 107 ਕੇਸਾਂ ਨੂੰ ਤੁਹਾਡੀ SIT ਨੇ ਬੰਦ ਕਰਨ ਦਾ ਹੁਕਮ ਦਿੱਤਾ। ਉਹ ਸਾਰੇ ਕੇ ਸਾਰਾ ਜਿਹੜਾ ਅਨਿਆਇ ਹੋਇਆ ਹੈ ਉਹ ਸਾਡੀ ਸਰਕਾਰੀ ਉਮੀਦ ਕਰਨੀ ਚਾਹੀਦੀ ਹੈ ਕਿ ਲੋਕਾਂ ਨੂੰ ਉਮੀਦ ਸੀਗੀ ਕਿ ਆ 4 ਸਾਲਾਂ ਚ ਜੇ ਅਕਾਲੀ ਦਲ BJP ਸੱਤਾ ਚ ਆਏ ਨੇ, ਉਮੀਦ ਕਰਨੀ ਚਾਹੀਦੀ ਸੀ ਲੋਕਾਂ ਨੂੰ ਕਿ ਇਨਸਾਫ਼ ਮਿਲੇਗਾ, ਜਾਂ ਸਿਰਫ ਗੱਲਾਂ ਸੀ, ਸਿਆਸੀ ਪੈਂਤੜੇ ਸੀ? ਕੁਲਵਿੰਦਰ ਸਿੰਘ ਜੀ, ਇਹ ਉਮੀਦ ਸੀ ਕਿ ਇਨਸਾਫ਼ ਮਿਲੇਗਾ, ਪਰ ਹੁਣ ਇਹ ਆਸ ਛੱਡ ਦੇਣੀ ਚਾਹੀਦੀ ਹੈ। ਕਿਉਂਕਿ ਮੈਂ ਇਸ ਕਰਕੇ ਕਹਿੰਦਾ, ਵੱਡਾ ਘੱਲੂ ਘਰਾ ਹੋਇਆ, ਛੋਟਾ ਘੱਲੂ ਘਰਾ ਹੋਇਆ, ਉਹਦੇ 'ਚ 50,000 ਤੋਂ ਵੱਧ ਸਿੱਖ ਸ਼ਹੀਦ ਹੋਏ ਨੇ। ਕੀ ਅਸੀਂ ਹੁਣ ਅਬਦਾਲੀ ਤੋਂ ਬਦਲਾ ਲਈਏ? ਜਦੋਂ ਇੱਥੇ ਗੱਲ ਆਈ ਹੈ, ਅਬਦਾਲੀ ਨੂੰ ਵੀ ਉਦੋਂ ਮਾਰ ਦਿੱਤਾ ਗਿਆ ਸੀ, ਦਰਬਾਰ ਸਾਹਿਬ ਦੀ ਇੱਟ ਉਹਦੇ ਨੱਕ 'ਤੇ ਵੱਜੀ, ਉਹਦੇ ਨਾਲ ਉਹ ਮਰ ਗਿਆ। ਹੁਣ ਦੂਜੀ ਗੱਲ ਇੱਥੇ ਹੈ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਉਹਨੇ ਅਟੈਕ ਕੀਤਾ, ਇੰਦਰਾ ਗਾਂਧੀ ਨੇ ਉਹਨੂੰ ਮਾਰ ਕੇ ਸਿੱਖਾਂ ਨੇ ਬਦਲਾ ਲੈ ਲਿਆ। ਇਸ ਕਰਕੇ ਇਹ ਮੁੱਦਾ ਛੱਡ ਦੇਣਾ ਚਾਹੀਦਾ। ਜੇ ਬਾਰ ਬਾਰ ਅਸੀਂ ਇਸੇ ਮੁੱਦੇ ਤੇ, ਇਹ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਕਿ ਇਸੇ ਮੁੱਦੇ ਤੇ ਲੜੀ ਜਾਣਗੇ, ਇਹਦਾ ਮਤਲਬ ਸਿੱਖਾਂ ਦਾ ਹੋਰ ਕੋਈ ਮੁੱਦਾ ਨਹੀਂ। ਮੁੱਦਾ ਤਾਂ ਅੱਜ ਦਾ ਹੈਗਾ ਬਰਗਾੜੀ ਦਾ, ਕਿ ਨਵਾਂ ਮੁੱਦਾ ਇਹ ਨਹੀਂ ਸੀ ਹੈਗਾ ਜਿਹੜਾ ਇਹਨਾਂ ਨੇ DGP ਬਣਾਇਆ ਸੁਮੇਧ ਸਿੰਘ ਸੈਣੀ, ਉਹਨੇ ਸਾਡੇ ਸਿੱਖ ਨਹੀਂ ਕਤਲ ਕੀਤੇ, ਉਹ ਮੁੱਦਾ ਸਾਡਾ ਕਿੱਥੇ ਗਿਆ? ਉਹ ਕੋਈ ਮੁੱਦਾ ਨਹੀਂ। ਇਹ 15 ਸਾਲ ਸਰਕਾਰ 'ਚ ਰਹੇ ਨੇ, ਸੁਮੇਧ ਸਿੰਘ ਸੈਣੀ ਨੇ ਸਾਡੇ ਹਜ਼ਾਰਾਂ ਮੁੰਡੇ ਸ਼ਹੀਦ ਕੀਤੇ ਨੇ, ਕਿ ਉਹਦਾ ਬਦਲਾ ਨਹੀਂ ਲੈਣਾ ਚਾਹੀਦਾ? ਸੰਗੇੜਾ ਸਾਹਿਬ, ਉਮੀਦ ਅੱਗੇ ਤੁਹਾਨੂੰ ਲੱਗਦਾ ਕਿ ਕਰਨੀ ਚਾਹੀਦੀ ਹੈ? DGP ਬਣਾ ਦਿੱਤਾ ਉਹਨੂੰ। ਸੱਤਾ ਤਬਦੀਲੀ ਤੋਂ ਬਾਅਦ ਲੋਕ ਕਹਿੰਦੇ ਸੀ ਕਿ ਹੋਊਗਾ, ਪਰ ਤੁਹਾਨੂੰ ਲੱਗਦਾ ਕਿ ਕੋਈ ਲੋਕਾਂ ਨੂੰ ਉਮੀਦ ਰੱਖਣੀ ਚਾਹੀਦੀ ਹੈ ਇਸ ਮਾਮਲੇ 'ਚ? ਦੇਖੋ, ਮੁੱਦਾ ਤਾਂ ਨਹੀਂ ਛੱਡਣਾ ਚਾਹੀਦਾ, ਮੁੱਦੇ ਬਾਕੀ ਵੀ ਨਾਲ ਲੈਣੇ ਚਾਹੀਦੇ, ਇਹ ਵੀ ਮੁੱਦਾ ਨਾਲ ਲੈਣਾ ਚਾਹੀਦਾ। ਪਰ ਇਸ ਦਿੱਲੀ ਦੀ ਸਰਕਾਰ ਨੇ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਇਹਨੂੰ ਕੁਛ ਨਹੀਂ ਕਰਨਾ। ਆਮ ਆਦਮੀ ਪਾਰਟੀ ਦੀ, ਮੈਂ ਪੀਰ ਮੁਹੰਮਦ ਜੀ ਦਾ ਵੀ ਜਵਾਬ ਨਾਲ ਹੀ ਆ ਜਾਏਗਾ, ਆਮ ਆਦਮੀ ਪਾਰਟੀ ਨੇ ਉੱਥੇ SIT ਬਣਾਈ ਤੇ BJP ਨੇ ਸਾਡੀ SIT ਨਲ ਐਂਡ ਵੋਇਡ ਕਰਨ ਲਈ SIT ਬਣਾਤੀ। ਇੱਕ ਸਾਲ ਕੁਛ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਸਾਹਿਬ ਨੇ DO ਲੈਟਰ ਲਿਖਿਆ ਕਿ ਤੁਸੀਂ ਸਾਡੀ SIT ਨੂੰ ਨਲ ਐਂਡ ਵੋਇਡ ਕਰਨ ਲਈ ਤੁਸੀਂ ਸੰਗੇੜਾ ਸਾਹਿਬ ਮੈਨੂੰ ਕਰ ਕਰ ਲੈਣਾ, ਮੈਂ ਕੋਟ ਵਿੱਚ ਨਹੀਂ ਲੈ ਵੀ ਕਰੋ 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 ਤੇ ਇਹਨਾਂ ਨੇ ਫੇਰ ਉਹ ਸ਼ੁਰੂ ਕੀਤਾ ਤੇ ਫਾਈਲਾਂ ਖੋਲ ਖੋਲ ਕੇ ਸਗੋਂ ਬੰਦ ਕਰਨ ਲੱਗ ਗਏ। ਦੁਨੀਆ ਭਰ ਦੇ ਵਿੱਚ ਜਿਹੋ ਜਿਹਾ ਸਿੱਖ ਕਤਲੇਆਮ ਹੋਇਆ 1984 ਦੇ ਵਿੱਚ ਕਿਤੇ ਐਗਜ਼ਾਮਪਲ ਨਹੀਂ ਮਿਲਦੀ। ਇੰਦਰਾ ਗਾਂਧੀ ਦੀ ਹੱਤਿਆ ਕਿਉਂ ਹੋਈ? ਅਸੀਂ ਹੱਤਿਆਵਾਂ ਦੇ ਹੱਕ 'ਚ ਨਹੀਂ ਹੈ, ਪਰ ਕਿਉਂ ਹੋਈ? ਕਿਉਂਕਿ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਸਿੱਖਾਂ ਨੇ ਆਪਣਾ ਬਦਲਾ ਲਿਆ। ਔਰ ਉਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਮਹਾਤਮਾ ਗਾਂਧੀ ਦੀ ਵੀ ਹੱਤਿਆ ਹੋਈ, ਕਿੰਨੇ ਲੋਕਾਂ ਨੂੰ ਮਾਰਿਆ ਗਿਆ ਉਹਦੀ ਹੱਤਿਆ ਦਾ ਬਦਲਾ ਲੈਣ ਲਈ, ਨਿਰਦੋਸ਼ ਲੋਕਾਂ ਨੂੰ। ਉਸ ਤੋਂ ਬਾਅਦ ਰਾਜੀਵ ਗਾਂਧੀ ਦੀ ਵੀ ਹੱਤਿਆ ਹੋਈ, ਕਿੰਨੇ ਲੋਕਾਂ ਨੂੰ, ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ ਉਹਦੀ ਹੱਤਿਆ ਦਾ ਬਦਲਾ ਲੈਣ ਲਈ? ਦਿੱਲੀ ਦੇ ਸਿੱਖਾਂ ਦਾ ਕੀ ਕਸੂਰ ਸੀਗਾ? ਉਹਨਾਂ ਵਿੱਚੋਂ ਤਾਂ ਬਹੁਤੇ ਘੋਲ ਵਿੱਚ ਵੀ ਸ਼ਾਮਲ ਸੀ, ਜਿਹੜੀ ਪਹਿਲਾਂ ਮੂਵਮੈਂਟ ਚੱਲ ਰਹੀ ਸੀ, ਪੰਜਾਬ ਦੇ ਬਾਦਲ ਘਰਾਂ ਦੀ ਮੂਵਮੈਂਟ ਸੀਗੀ। ਏਡਾ ਵੱਡਾ ਕਤਲੇਆਮ, ਏਡੂ ਵੱਡੇ ਘੱਲੂ ਘਰ, 84 ਦਾ ਘੱਲੂ ਘਰ, ਜੂਨ 84 ਦਾ ਆਪਰੇਸ਼ਨ ਬਲੂ ਸਟਾਰ, ਇਹ ਸਾਰੀਆਂ ਸਰਕਾਰਾਂ ਇਕੱਠੀਆਂ ਨੇ। BJP ਉਹੀ ਪਾਰਟੀ ਹੈ ਜਿਹਨੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀਗਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ, ਅੰਦਰੋਂ ਇਹ ਵੀ ਢਿੱਡੋਂ ਖੁਸ਼ ਸੀਗਾ ਜਦੋਂ ਕਾਂਗਰਸ ਨੇ ਆਪਰੇਸ਼ਨ। ਠੀਕ ਹੈ ਸੰਗੇੜਾ ਸਾਹਿਬ, ਹੁਣ ਕਰਨੈਲ ਸਿੰਘ ਜੀ ਨੂੰ ਸਮਾਂ ਦੇ ਦਿਓ। ਕਰਨੈਲ ਜੀ, ਇਹ ਸਿਆਸੀ ਹਿੱਤਾਂ ਲਈ ਗੱਲ ਕਰਦੇ ਆ, ਪਰ ਇਹਨਾਂ ਨੇ ਕਾਰਵਾਈ ਨਾ ਕੀਤੀ ਹੈ, ਨਾ ਕਰਨੀ ਹੈ। ਠੀਕ, ਕਰਨੈਲ ਸਿੰਘ ਜੀ। ਕੁਲਵਿੰਦਰ ਸਿੰਘ ਜੀ, ਕੁਲਵਿੰਦਰ ਸਿੰਘ ਜੀ, 1 ਨਵੰਬਰ ਨੂੰ ਇੱਥੇ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਆਏ ਨੇ,
और पिछली नवंबर एक नू उस तो पिछली एक नवंबर नू 84 दी गल करदे आओ इस एक नवंबर नू जदों 34 साल पूरे हो गए ने नवंबर 1984 का एक शब्द नहीं बोल के गए तो की कह के गए ने कि इत्थे पंजाब दे किसान जिहड़े आ उह पराली नू अग ला रहे ने प्रदूषण कर रहे ने असीं केजरीवाल नू दसना चाहुंदे आ ये प्रदूषण जिहड़ा पराली का नहीं गा ये वो बल दे टायर ने ਉਹ ਸਿੱਖਾਂ ਦੇ ਕਾਤਲਾਂ ਨੇ ਜੋ ਸਿੱਖਾਂ ਦੇ ਉੱਪਰ ਇੰਨੀ ਅੱਗ ਲਾ ਕੇ ਔਰ ਜੋ ਕੈਰੋਸਿਨ ਪਾ ਕੇ ਔਰ ਤਰ੍ਹਾਂ ਤਰ੍ਹਾਂ ਦੇ ਪਾਊਡਰ ਪਾ ਕੇ ਜੋ ਦਿੱਲੀ ਨੂੰ ਜਲਾਇਆ ਸੀ ਇਹ ਉਹਦਾ ਧੂੰਆਂ ਹੈ ਇਹ ਇਕੱਲਾ ਕੇਜਰੀਵਾਲ ਨੂੰ ਹੀ ਨਹੀਂ ਗਾ ਇਹ ਜਿੰਨੀ ਬੀਜੇਪੀ ਹੈ ਕਾਂਗਰਸ ਹੈ ਜਾਂ ਜਿਹੜੇ ਵੀ ਉੱਥੇ ਕਾਤਲ ਰਹਿੰਦੇ ਨੇ ਇਹ ਉਹਨਾਂ ਸਾਰਿਆਂ ਨੂੰ ਧੂੰਆਂ ਉਹਨਾਂ ਚਿਰ ਇਹ ਮੁਸ਼ਕ ਉਹਨਾਂ ਚਿਰ ਆਉਂਦਾ ਰਹੇਗਾ ਇਹ ਬਦਬੂ ਉਹਨਾਂ ਚਿਰ ਆਉਂਦੀ ਰਹੇਗੀ ਜਦੋਂ ਤੱਕ ਸਿੱਖ ਕੌਮ ਇਨਸਾਫ਼ ਨਹੀਂ ਲੈ ਲੈਂਦੀ ਕਿਸ਼ਨਪੁਰਾ ਜੀ ਕਹਿ ਰਹੇ ਨੇ ਕਿ ਮੁੱਦਾ ਛੱਡ ਦੇਣਾ ਚਾਹੀਦਾ ਇਹ ਨਸਲਕੁਸ਼ੀ ਹੈ ਟਿਲ ਡੇਢ ਤੱਕ ਨਸਲਕੁਸ਼ੀ ਹੈ ਅੱਜ ਨੌਜਵਾਨਾਂ ਦਾ ਕਤਲੇਆਮ ਹੋ ਰਿਹਾ ਹੈ ਔਰ ਨਸ਼ਿਆਂ ਦੇ ਨਾਲ ਮਾਰਿਆ ਜਾ ਰਿਹਾ ਹੈ ਉਦੋਂ ਵੀ ਸਿੱਖ ਕੌਮ ਨੂੰ ਮਾਰਿਆ ਗਿਆ ਸੀ ਅੱਜ ਵੀ ਮਾਰਿਆ ਜਾ ਰਿਹਾ ਹੈ ਸਾਡੀ ਮੇਨ ਗੱਲ ਇਹ ਜਿਹੜੀ ਸਾਡੀ ਨਲਾਇਕ ਸਿੱਖ ਲੀਡਰਸ਼ਿਪ ਹੈ ਉਹਨਾਂ ਨੂੰ ਆਪਸ ਵਿੱਚ ਲੜਨ ਦੀ ਬਜਾਏ ਉਹਨਾਂ ਨੂੰ ਇੱਕਜੁੱਟ ਹੋ ਕੇ ਆਪਣੀ ਅੰਤਰ ਆਤਮਾ ਤੋਂ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਨੇ ਇਨਸਾਫ਼ ਲੈਣ ਵਾਸਤੇ ਦਿਲ ਤੋਂ ਦਿਮਾਗ ਤੋਂ ਕਦੀ ਜਦੋਜਹਿਦ ਕੀਤੀ ਹੈ ਠੀਕ ਹੈ ਚਾਹ ਸਾਹਿਬ ਤੁਸੀਂ ਇਹੀ ਪ੍ਰੋਬਲਮ ਹੈ ਜਿਹੜੀ ਪਾਰਟੀ ਮੰਗਾਂ ਦੇ ਨਾਲ ਵੀ ਖੜਦੀ ਹੈ ਆਪਣੀ ਵਿੱਤ ਦੇ ਨਹੀਂ ਸਾਨੂੰ ਭੀਖਣੀ ਚਾਹੀਦੀ ਸੀਗੇੜਾ ਸਾਹਿਬ ਸਾਨੂੰ ਸੀਗੇੜਾ ਸਾਹਿਬ ਭੀਖਣੀ ਚਾਹੀਦੀ ਮੋਦੀ ਸਾਹਿਬ ਨੂੰ ਗੱਲ ਕਰੋ ਮੋਦੀ ਸਾਹਿਬ ਨੂੰ ਦੱਸੋ ਨਹੀਂ ਮੈਂ ਕਹਿਣਾ ਕਿ 1 ਨਵੰਬਰ ਨੂੰ ਇੱਥੇ ਆ ਕੇ ਗਏ ਨੇ ਅਸੀਂ ਤਾਂ ਪੀੜਤਾਂ ਦੇ ਨਾਲ ਖੜੇ ਆ ਆਪ ਜੀ ਨਹੀਂ ਇਹ ਪੀਰ ਮਾਮਾ ਜੀ ਅਸੀਂ ਪੀੜਤਾਂ ਦੇ ਨਾਲ ਖੜੇ ਆ ਤੁਸੀਂ ਇਕੱਲੇ ਵੀ ਨਹੀਂ ਖੜੇ ਹੋ ਤੇ ਅਸੀਂ ਤੁਹਾਨੂੰ ਸਾਡੇ ਨਾਲ ਸਾਂਝੇ ਕਰ ਰਹੇ ਇੱਕ ਇੱਕ ਕਰਕੇ ਤੁਸੀਂ ਆਪਣੇ ਲੈਵਲ ਤੇ ਸੰਘਰਸ਼ ਕਰ ਰਹੇ ਆ ਅਸੀਂ ਆਪਣੇ ਲੈਵਲ ਤੇ ਲੇਕਿਨ ਮੈਂ ਇਹੋ ਹੀ ਗੱਲ ਕਹਿ ਰਿਹਾ ਮੈਂ ਇਹ ਗੱਲ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਂਗੂ ਤੁਸੀਂ ਸਿਆਸਤ ਨਾ ਖੇਡੋ ਨਹੀਂ ਅਕਾਲੀ ਦਲ ਦਾ ਦੋਸ਼ੀ ਹੈ ਹੀ ਹੈ ਪਰ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਕਿਉਂ ਭੁੱਲ ਗਏ ਤੁਸੀਂ ਕਿਉਂ ਭੁੱਲ ਗਏ ਤੁਸੀਂ ਕਿਉਂ ਭੁੱਲ ਗਏ ਤੁਹਾਡੇ ਕਰਕੇ ਨਹੀਂ ਖੜੇ ਅਸੀਂ ਜੇ ਸੁਖਪਾਲ ਖਹਿਰਾ ਇੱਥੇ ਪ੍ਰਦਰਸ਼ਨ ਕਰ ਸਕਦਾ ਤੁਸੀਂ ਕਿਉਂ ਨਹੀਂ ਕੀਤਾ 1 ਨਵੰਬਰ ਨੂੰ ਗਾਈਡ ਲਾਈਨ ਦੀ ਨਹੀਂ ਲੋੜ ਸਾਨੂੰ ਹੈਗੀ ਹਾਂ ਅਸੀਂ ਪੀੜਤਾਂ ਦੇ ਨਾਲ ਖੜੇ ਆ ਠੀਕ ਹੈ ਸੰਗੇੜਾ ਸਾਹਿਬ ਠੀਕ ਹੈ ਖੜੇ ਹੋ ਤੁਸੀਂ ਨਾਲ ਠੀਕ ਹੈ ਚਾਹ ਸਾਹਿਬ ਤੁਸੀਂ ਇਨਸਾਫ਼ ਪੰਜਾਬ 'ਚ ਦਿਵਾਉਣ ਦੀ ਗੱਲ ਕਰਦੇ ਹੋ ਕਿ ਅਸੀਂ ਜਿਹੜਾ ਬਰਗਾੜੀ ਅਤੇ ਕੋਟਕਪੁਰਾ ਦੇ ਜੋ ਬੇਅਦਬੀਆਂ ਦੀਆਂ ਘਟਨਾਵਾਂ ਹੋਈਆਂ ਨੇ ਅਸੀਂ ਇਨਸਾਫ਼ ਦਿਵਾਉਣਾ ਚਾਹੁੰਦੇ ਹਾਂ ਸਿੱਖਾਂ ਨੂੰ ਕਿਹਾ ਵੀ ਜਾ ਰਿਹਾ ਕਿ ਤੁਸੀਂ ਹੁਣ ਵਧੇਰੇ ਆਪਣੇ ਵੱਲੋਂ ਹਮਾਇਤੀ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਜਦੋਂ 84 ਦਾ ਜ਼ਿਕਰ ਆਉਂਦਾ ਤਾਂ ਕਾਂਗਰਸ ਨੂੰ ਇਨਸਾਫ਼ ਦੀ ਗੱਲ ਯਾਦ ਨਹੀਂ ਆਉਂਦੀ ਕਿ ਉਦੋਂ ਵੀ ਪੀੜਤ ਨਹੀਂ ਬੈਠੇ ਹੋਏ ਨੇ ਉਹਨਾਂ ਨੂੰ ਇਨਸਾਫ਼ ਕਿਵੇਂ ਮਿਲੇਗਾ ਮੇਰੇ ਕੁਲਵਿੰਦਰ ਜੀ ਗੱਲ ਸੁਣੋ ਕਾਂਗਰਸ ਪਾਰਟੀ ਨੂੰ ਸਾਨੂੰ ਕਠਹਿਰੇ ਦੇ ਵਿੱਚ ਖੜਾ ਕਰ ਰੱਖਿਆ ਜੇ ਅਸੀਂ ਚੀਜ਼ ਦੇ ਵਾਸਤੇ ਉਸ ਚੀਜ਼ ਨੂੰ ਡਿਫੈਂਡ ਕਰਦੇ ਹਾਂ ਤਾਂ ਸਾਨੂੰ ਇਹ ਕਹਿੰਦੇ ਆ ਤੁਸੀਂ ਤਾਂ ਉਸ ਚੀਜ਼ ਦੇ ਦੋਸ਼ੀ ਹੋ ਤੁਸੀਂ ਤਾਂ ਆਪਦੇ ਆਪ ਨੂੰ ਸੱਚੇ ਕਹੋਗੇ ਸੋ ਜੋ ਪੰਜਾਬ ਵਾਲੇ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਹੋ ਠੀਕ ਆ ਬਹੁਤ ਮਾੜਾ ਹੋਇਆ ਨਸਲਕੁਸ਼ੀ ਜੋ ਹੋਈ ਆ ਨਾ ਭੁੱਲਣ ਵਾਲਾ ਯੋਗ ਆ ਜਿਵੇਂ ਕਿਸੇ ਨੇ ਲਿਖਿਆ ਕਿਹਾ ਕਿਸੇ ਨੇ ਕਿ ਨਾ ਜਲੋ ਗਲੋਂ ਮੈਂ ਜਲਤੇ ਟਾਇਰ ਨਾ ਪੈਦਾ ਹੋ ਐਸੇ ਡਾਇਰ ਇਹ ਜੀ ਰਾਜਨੀਤੀ ਇਹ ਜੀ ਲੀਡਰਸ਼ਿਪ ਦੁਆਰਾ ਹੋਣੀ ਨਹੀਂ ਚਾਹੀਦੀ ਪਰ ਪੰਜਾਬ ਦੇ ਵਿੱਚ ਜੋ ਕਰੰਟਲੀ ਮੁੱਦਾ ਸਾਡਾ ਬਰਗਾੜੀ ਵਾਲਾ ਉੱਥੇ ਵੀ ਨਿਹੱਥੇ ਸਿੱਖਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਜੋ ਬੰਦਾ ਅੱਜ ਜਾ ਕੇ ਉੱਥੇ ਇਨਸਾਫ਼ ਮੰਗ ਰਿਹਾ 84 ਲਈ ਉਸ ਬੰਦੇ ਨੇ ਹੁਕਮ ਦਿੱਤੇ ਉੱਥੇ ਗੋਲੀਆਂ ਚਲਾਉਣ ਦੇ ਉਹਦੀ ਭਾਈਵਾਲ ਸਰਕਾਰ ਅੱਜ ਉੱਥੇ ਹੈ ਚਲੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਇਨਸਾਫ਼ ਦੇਣ ਲਈ ਹਰਦਮ ਖੜੇ ਹਾਂ ਅਸੀਂ ਦੇਵਾਂਗੇ ਪਰ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਥੇ 2 ਨੌਜਵਾਨਾਂ ਦਾ ਕਤਲ ਕੀਤਾ ਗਿਆ 15,000 ਲੋਕ ਮਾਰ ਦਿੱਤੇ ਗਏ ਪੂਰੇ ਦੇਸ਼ 'ਚ ਤੁਹਾਡੇ ਜਦੋਂ ਰਾਜ ਸੀਗਾ ਤੁਹਾਡਾ ਉਹਦੇ ਲਈ ਤੁਸੀਂ ਕੋਈ ਅਫਸੋਸ ਨਹੀਂ ਕਰਦੇ ਦੋ ਬੰਦਿਆਂ ਨੂੰ ਤੁਸੀਂ ਆਪਣੀ ਪਾਰਟੀ ਤੋਂ ਬਾਹਰ ਨਹੀਂ ਕਰ ਸਕਦੇ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਾਰਟੀ 'ਚ ਰੱਖਿਆ ਹੋਇਆ ਆਪਣੇ ਖੁੱਡੇ ਲਾਈਨ ਲਾ ਕੇ ਰੱਖਿਆ ਹੋਇਆ ਅਫਸੋਸ ਤੁਸੀਂ 84 ਵੇਲੇ ਦੇਖੋ ਸਭ ਤੋਂ ਵੱਡਾ ਪਹਿਲਾਂ ਗੁਨਾਹਗਾਰ ਪ੍ਰਕਾਸ਼ ਸਿੰਘ ਬਾਦਲ ਸੀਗਾ ਜਿਹੜਾ ਉਸ ਵੇਲੇ ਜਦੋਂ ਸਭ ਪਤਾ ਸੀ ਉਹਨੂੰ ਕੀ ਹੋਣਾ ਕੀ ਨਹੀਂ ਕਰਨਾ ਅੱਜ ਬੀਜੇਪੀ ਵਾਲੇ ਗੱਲਾਂ ਕਰੀ ਜਾਂਦੇ ਕਿ ਪੇਪਰ ਦੇ 'ਚ ਨਿਊਜ਼ ਆਈ ਸੀ ਕਿ ਅਡਵਾਨੀ ਨੇ ਕਿਹਾ ਸੀ ਕਿ ਅਸੀਂ ਇੰਦਰਾ ਗਾਂਧੀ 'ਤੇ ਪ੍ਰੈਸ਼ਰ ਪਾ ਕੇ ਉੱਥੇ ਹਮਲਾ ਕਰਵਾਇਆ ਸੀਗਾ ਦਰਬਾਰ ਸਾਹਿਬ ਦੇ ਉੱਪਰ ਉਸ ਤੋਂ ਬਾਅਦ ਦੂਸਰੀ ਗੱਲ ਮੈਂ ਤੁਹਾਨੂੰ ਕਹਿਣਾ ਅੱਜ ਅਸੀਂ ਤਾਂ ਕਹਿਣਾ ਐਸ ਬੀਇੰਗ ਐਜ਼ ਅ ਸਿੱਖ ਮੈਂ ਗੱਲ ਕਹਿਣਾ ਇਨਸਾਫ਼ ਮਿਲਣਾ ਚਾਹੀਦਾ ਪਰ ਤੁਹਾਡੇ ਮਾਧਿਅਮ ਤੋਂ ਮੈਂ ਗੱਲ ਕਹਿਣਾ ਕਾਂਗਰਸ ਖਿਲਾਫ਼ ਇਹਨਾਂ ਕੋਲ ਕੋਈ ਏਜੰਡਾ ਹੀ ਨਹੀਂ ਹੈਗਾ ਅਸੀਂ ਖੜੇ ਹਾਂ ਅਸੀਂ ਕਹਿੰਦੇ ਹਾਂ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਅਸਤੀਫਾ ਦਿੱਤਾ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਇਨਸਾਫ਼ ਮਿਲਣਾ ਚਾਹੀਦਾ ਹੈ ਕੌਣ ਦਵਾਏਗਾ ਅਸੀਂ ਨਹੀਂ ਦੇ ਸਕੇ ਸਾਨੂੰ ਇਹ ਕਹਿੰਦੇ ਆ ਤੁਸੀਂ ਇਹ ਜੋ ਅੱਜ ਪ੍ਰਦਰਸ਼ਨ ਕਰ ਰਿਹਾ ਇਹ ਜ਼ੋਰ ਤਾਂ ਲਾਉਣ ਉੱਥੇ ਜਾ ਕੇ FIR ਆ ਉਹਨਾਂ ਲੋਕਾਂ ਦੇ ਕਰਵਾਉਣ ਜਿਨ੍ਹਾਂ ਦੇ ਉੱਤੇ ਨਜਾਇਜ਼ ਉਸ ਟਾਈਮ ਦੇ ਵਿੱਚ ਜਿਨ੍ਹਾਂ ਦੇ ਨਾਂ ਆ FIR ਤਾਂ ਕਰਵਾ ਦੇਣ ਠੀਕ ਹੈ ਸਾਂਵਰੀਆ ਸਾਹਿਬ ਕੁਝ ਕਹਿਣਾ ਚਾਹੁੰਦੇ ਸਾਂਵਰੀਆ ਜੀ ਇਨਸਾਫ਼ ਕੌਣ ਦਵਾਏਗਾ ਸਰ ਮੈਂ ਸਰ ਕਿ ਹੁਣ ਆਪ ਜੀ ਦੇ ਬੁਲਾਰੇ ਬੜੇ ਜ਼ੋਰ ਨਾਲ ਕਹਿ ਰਹੇ ਸੀ ਕਿ ਇਹਨਾਂ ਦੇ ਕੇਜਰੀਵਾਲ ਨੇ ਜਿਹੜੀ
SIT ਬਣਾਈ ਸੀ, ਉਹ BJP ਨੇ SIT ਬਣਾਈ ਸੀ, ਉਹ ਬੜੀ ਪੁਰਜ਼ੋਰ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣੇ ਕਰਨੈਲ ਸਿੰਘ ਜੀ ਨੇ ਦੱਸਿਆ, ਪਰਸੋਂ ਹੀ ਉੱਥੇ ਇਹਨਾਂ ਦੇ ਕੇਜਰੀਵਾਲ ਸਾਹਿਬ ਇੱਥੇ ਆਏ ਸੀ, ਔਰ ਉਹ ਪੰਜਾਬ ਦੇ ਬਾਰੇ ਵਿੱਚ ਉਹ ਕੀ ਕਹਿ ਕੇ ਗਏ ਨੇ, ਉਹ ਮੌਕਾ ਪ੍ਰਿਸ਼ਦੀ ਡਿਸੀਜ਼ਨ ਲੈਂਦੇ ਨੇ, ਉਹਨਾਂ ਨੂੰ ਰਾਜਨੀਤੀ ਨਹੀਂ। ਉਹ ਪੈਦਾ ਕਿੱਥੋਂ ਹੋਏ ਸੀ? ਉਹ ਤਾਂ ਇੱਕ ਅੰਦੋਲਨ ਤੋਂ ਪੈਦਾ ਹੋਏ ਸੀ। ਰਾਜਨੀਤੀ ਉਹ ਆਪਣੀ ਸੋਚੀ ਸਮਝੀ ਨਾਲ ਜਿੱਥੇ ਉਹਨਾਂ ਨੂੰ ਸੂਟ ਕਰਦੀ ਹੈ ਉਹ ਕਰ ਲਈ। ਹੁਣ ਕਾਂਗਰਸ ਦੇ ਬੁਲਾਰੇ ਕਹਿਣ ਲੱਗੇ ਕਿ ਉਹ ਅਡਵਾਨੀ ਜੀ ਨੇ, ਇਹਨਾਂ ਦਾ ਤਾਂ ਬਿਲਕੁਲ ਝੂਠ ਬੋਲਣ ਦਾ ਆਦਤ ਪਈ। ਚਾਹੇ ਇਹਨਾਂ ਦਾ ਚਾਹੇ ਨੈਸ਼ਨਲ ਪ੍ਰੈਜੀਡੈਂਟ ਰਾਹੁਲ ਜੀ ਹੋਏ, ਇੰਨੇ ਬੜੇ ਬੜੇ ਝੂਠ ਬੋਲਦੇ ਨੇ, ਬਾਅਦ ਵਿੱਚ ਕਹਿੰਦੇ ਨੇ ਅਸੀਂ ਤਾਂ ਕਨਫਿਊਜ਼ ਹੋਏ ਹੋਏ ਸੀ। ਕੋਈ ਠੀਕ ਹੈ ਸਾਂਵਰੀਆ ਸਾਹਿਬ, ਤੁਹਾਡੇ ਲਈ ਸਵਾਲ, ਸਾਂਵਰੀਆ ਸਾਹਿਬ ਤੁਹਾਡੇ ਲਈ ਸਵਾਲ ਇਹ ਸੀਗਾ ਕਿ ਤੁਸੀਂ SIT ਬਣਾਉਂਦੇ ਹੋ, ਉਹ SIT 180 ਤੋਂ ਵੱਧ ਕੇਸਾਂ ਨੂੰ ਕਹਿੰਦੀ ਹੈ ਕਿ ਬੰਦ ਕਰ ਦਿਓ, ਉਹ ਤੋਂ ਬਾਅਦ ਸੁਪਰੀਮ ਕੋਰਟ SIT ਬਣਾਉਂਦਾ ਹੈ, ਉਸ SIT ਨੂੰ ਹਾਲੇ ਤੱਕ ਗਠਨ ਨਹੀਂ ਹੋ ਸਕਿਆ, 3 ਲੋਕਾਂ ਦੀ SIT ਬਣਨੀ ਸੀ, 2 ਲੋਕ ਸ਼ਾਮਿਲ ਹੋਏ, 3ਜਾ ਅਫਸਰ ਤੁਹਾਨੂੰ ਹਾਲੇ ਤੱਕ ਲੱਭਿਆ ਨਹੀਂ, ਤੁਹਾਡੀ ਨੀਅਤ 'ਤੇ ਸ਼ੱਕ ਹੁੰਦਾ ਹੈ? ਨਹੀਂ ਬਿਲਕੁਲ, ਉਸਕੀ ਜੋ ਪ੍ਰੋਸੀਜਰਲ ਪ੍ਰੋਬਲਮਸ ਹੋ ਸਕਦੀਆਂ ਨੇ, ਮੈਂ ਨਾ ਨਹੀਂ ਕਰ ਰਿਹਾ ਉਹਨੂੰ, ਬਟ ਸਾਡੀ ਨੀਅਤ 'ਤੇ ਸ਼ੱਕ ਹੋਣ ਦਾ ਤਾਂ ਕੋਈ ਸਵਾਲ ਹੀ ਨਹੀਂ ਉੱਠਦਾ। ਸਾਡੇ ਵਾਸਤੇ ਸਿੱਖ ਆਪਣੇ ਭਰਾ ਨੇ, ਉਹਨਾਂ ਦਾ ਜਿਹੜਾ ਕਤਲ ਹੈ ਉਹ ਇੰਨਾ, ਜੇ ਤੁਹਾਨੂੰ ਦਰਦ ਹੈ ਤਾਂ ਉਹਨਾਂ ਲੋਕਾਂ ਨੂੰ ਹੋਰ ਕਿੰਨਾ ਇੰਤਜ਼ਾਰ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ, ਕਿ ਜੇ ਉਹ ਲੋਕ ਕਹਿੰਦੇ ਨੇ ਕਿ ਇਨਸਾਫ ਸਾਨੂੰ ਚਾਹੀਦਾ, ਕਿੰਨਾ ਇੰਤਜ਼ਾਰ ਕਰਨਾ ਚਾਹੀਦਾ ਉਹਨਾਂ ਨੂੰ? ਨਹੀਂ ਇਹਨਾਂ ਇਹ ਤਾਂ ਬਹੁਤ ਫਾਸਟਰ ਦੈਨ ਫਾਸਟ ਇਹਨਾਂ ਨੂੰ ਮਿਲਣਾ ਚਾਹੀਦਾ ਨਿਆਂ। ਠੀਕ ਹੈ, ਸੰਘੇੜਾ ਸਾਹਿਬ ਹੈ ਕੋਈ ਉਮੀਦ? ਦੇਖੋ ਜੀ 34 ਸਾਲ ਹੋ ਗਏ ਕੁਲਵਿੰਦਰ ਜੀ, 34 ਸਾਲ ਹੋ ਗਏ, ਜੇ ਸਭ ਨਾਲ ਇਹ ਕਹਿ ਰਿਹਾ ਪ੍ਰੋਸੀਜਰ ਨੂੰ ਫਿਰ 100 ਸਾਲ ਲੱਗਣਾ ਹੋਰ, ਜਿਹੜੇ ਪੀੜਤ ਪਰਿਵਾਰ ਆ ਕਈ ਤਾਂ ਉੱਥੇ ਇਹਨਾਂ ਨੇ ਮਾਰੇ ਆ ਜਿਹੜੇ ਕਾਂਗਰਸ ਪਾਰਟੀ ਦੇ ਗੁੰਡਿਆਂ ਨੇ, ਤੇ ਉਸ ਤੋਂ ਬਾਅਦ ਵਿਚਾਰੇ ਕਈ ਗਮ ਨਾਲ ਮਰ ਗਏ, ਕੋਈ ਉਮਰ ਜ਼ਿਆਦਾ ਹੋ ਗਈ ਉਹਦੇ ਨਾਲ ਮੌਤ ਹੋ ਗਈ, ਤੇ ਓਵਰ ਏ ਪੀਰੀਅਡ ਆਫ ਟਾਈਮ ਸਬੂਤ ਵੀ ਜਿਹੜੇ ਆ ਨਸ਼ਟ ਹੁੰਦੇ ਜਾਂਦੇ ਆ, ਬੰਦੇ ਐਕਸਪਾਇਰ ਹੋ ਗਏ ਵਿੱਚੋਂ, ਗਵਾਹ ਮਾਰੇ ਗਏ ਕਈ, ਤੇ ਇਹ ਇਹਨਾਂ ਨੇ ਇਨਸਾਫ ਕੀ ਦੇਣਾ ਆ? ਇਹਨਾਂ ਨੇ ਤਾਂ ਰਾਹਤ ਵੀ ਕਿਸੇ ਨੂੰ ਦਿੱਤੀ, ਆਮ ਆਦਮੀ ਪਾਰਟੀ ਨੇ ਫਿਰ ਵੀ ਉੱਥੇ 5-5 ਲੱਖ ਰੁਪਏ ਪੀੜਤ ਪਰਿਵਾਰਾਂ ਨੂੰ ਦਿੱਤੇ ਆ। ਸੋ ਇਹ ਇਹਨਾਂ ਪਾਰਟੀਆਂ ਤੋਂ ਇਕੱਲੀ ਇੱਥੇ ਨਹੀਂ ਹੈ, ਮੈਂ ਪੀਰ ਮੁਹੰਮਦ ਜੀ ਦੀ ਇਸ ਗੱਲ ਨਾਲ ਸਹਿਮਤ ਹਾਂ, ਪੂਰੇ ਇੰਡੀਆ ਦੇ ਵਿੱਚ ਘੱਟ ਗਿਣਤੀਆਂ ਲਈ ਖਤਰਾ ਆ ਭਾਰਤੀ ਜਨਤਾ ਪਾਰਟੀ, ਇਸ ਮਾਮਲੇ 'ਚ ਇਹਨਾਂ ਨੂੰ ਕਾਂਗਰਸ ਪਾਰਟੀ। ਕਿਸ਼ਨਪੁਰਾ ਜੀ ਕੀ ਉਮੀਦ ਕਰਦੇ ਹੋ ਤੁਸੀਂ ਪਾਰਟੀ ਨੇ ਦਿੱਲੀ 'ਚ ਸਿੱਖਾਂ ਦਾ, ਤੁਹਾਨੂੰ ਲੱਗਦਾ ਕਿ ਇਸ ਮਸਲੇ 'ਤੇ ਕੋਈ ਉਮੀਦ ਰੱਖਣੀ ਚਾਹੀਦੀ ਹੈ ਪਾਰਟੀ ਜਿਹੜੀ ਆ? ਉਮੀਦ ਰੱਖਣੀ ਨਹੀਂ ਚਾਹੀਦੀ, ਉਮੀਦ ਰੱਖਦੇ ਆਪਾਂ, ਉਮੀਦ ਤੇ ਜੱਗ ਜਿਉਂਦਾ ਹੈ, ਇਹ ਗੱਲ ਪੱਕੀ ਹੈ, ਪਰ ਗੱਲ ਇਹ ਹੁੰਦੀ ਹੈ ਨਾਲ ਦੀ ਨਾਲ ਹੀ ਜਦੋਂ ਬਦਲੇ ਵਾਲੀ ਭਾਵਨਾ ਆ ਜਾਂਦੀ ਹੈ ਤੇ ਬਦਲਾ ਲੈ ਲਿਆ ਗੱਲ ਖਤਮ ਹੋ ਜਾਂਦੀ ਹੈ। ਸਾਡਾ ਤਾਂ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਲਿਆ ਸੀ, ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ ਸਾਨੂੰ ਕੋਈ ਦੋਸ਼ ਨਹੀਂ ਸੀ ਹੈਗਾ, ਗੁਰੂ ਸਾਹਿਬ ਨੇ ਵੀ ਕਹਿਤਾ ਸੀ ਵੀ ਮੈਂ ਕੋਲ ਆਪ ਖੜ ਕੇ ਸ਼ਹੀਦ ਕਰਾਏ ਨੇ, ਕੋਈ ਮੈਨੂੰ ਉਹਨਾਂ ਦਾ ਗਮ ਨਹੀਂ ਹੈਗਾ। ਗੱਲ ਇੱਥੇ ਹੀ ਹੈ, ਆਸ ਜ਼ਰੂਰ ਹੈਗੀ ਹੈ ਕਿ ਕੁਛ ਨਾ ਕੁਛ ਕਦੇ ਹੋਣਾ ਚਾਹੀਦਾ, ਪਰ ਇਸ ਹਿੰਦੁਸਤਾਨ ਦੇ ਵਿੱਚ ਜਿੱਥੋਂ ਹਿੰਦੂ ਬਹੁਤ ਗਿਣਤੀ ਹੈਗੀ ਹੈ ਤੇ ਸਾਨੂੰ ਕੋਈ ਆਸ ਨਹੀਂ ਹੈਗੀ, ਕਦੇ ਵੀ ਆਸ ਇਹ ਹੋਣੀ ਨਹੀਂ ਹੈ, ਇਹ ਹੋਣੀ ਨਹੀਂ ਹੈ। ਇਕੱਲੀ ਬਦਲਾਖੋਰੀ ਤੱਕ ਸੀਮਤ ਨਹੀਂ, ਇਹਦੇ ਵਿੱਚ ਸਭਿਅਕ ਸਮਾਜ ਦੇ ਵਿੱਚ ਇਸ ਗੱਲ ਲਈ ਕਾਨੂੰਨ ਬਣਨੇ ਚਾਹੀਦੇ ਆ, ਉਹਦੀ ਇਨਫੋਰਸਮੈਂਟ ਹੋਣੀ ਚਾਹੀਦੀ ਆ, ਤਾਂ ਕਿ ਹਰ ਵਰਗ ਦੇ ਲੋਕ ਸੁਰੱਖਿਅਤ ਸਮਝਣ, ਇੰਡੀਪੈਂਡੈਂਟ ਸਮਝਣ ਆਪਣੇ ਸੁੱਖ ਨਾਲ। ਇਸ ਕਰਕੇ ਇਸ ਕਰਕੇ ਸੰਘਰਸ਼ ਹੋਣਾ ਚਾਹੀਦਾ ਸਾਰੇ ਮੁੱਦਿਆਂ ਤੇ ਜਿੱਥੇ ਇਨਸਾਫ ਨਹੀਂ ਮਿਲਿਆ। ਕੁਲਵਿੰਦਰ ਜੀ ਕੋਰਟ ਤਾਂ ਹੈਗੀ ਹੈ ਨਾ, ਕੋਰਟ ਹੈਗੀ, ਜੱਜ ਹੈਗੇ, ਕਿਸੇ ਨੇ ਕੋਈ ਇਨਸਾਫ ਦਿੱਤਾ ਕੀ? ਇਹਦਾ ਮਤਲਬ ਕੋਈ ਕੇਸ ਚੱਲਦਾ ਹੀ ਨਹੀਂ? ਕੜਕਾ ਡੂਮਾ ਕੋਰਟ 'ਚ ਵੀ ਅਸੀਂ ਗਏ ਹਾਂ ਪਰ ਉੱਥੇ ਕੁਛ ਨਹੀਂ ਹੈ, 30,000 'ਚ ਵੀ ਗਏ ਹਾਂ ਕਿਤੇ ਉੱਥੇ ਕੁਛ ਨਹੀਂ ਹੈ, ਦਿੱਲੀ ਦੇ ਕਿਸੇ ਕੋਰਟ 'ਚ ਵੀ ਕੋਈ ਨਿਆਂ ਮਿਲਿਆ ਨਹੀਂ ਰਿਹਾ। ਚਾਹ ਸਾਹਿਬ ਸਾਰੇ ਸਿਸਟਮ ਨੂੰ ਵੱਡੀਆਂ ਪਾਰਟੀਆਂ ਨੇ ਬੀਜੇਪੀ ਦੇ ਦਫ਼ਤਰ ਦਾ ਇਹਨਾਂ ਨੂੰ ਕਹਿਣਾ ਚਾਹੀਦਾ ਸੀ, ਰਾਜਨਾਥ ਸਿੰਘ ਨੂੰ, ਕਿ ਜੈਨੋਸਾਈਡ ਡੇ ਆ, ਜੇ ਕੈਨੇਡਾ ਦੇ ਵਿੱਚ ਇੱਕ ਦਿਨ ਦਾ ਹੋ ਸਕਦਾ ਤਾਂ ਸਾਡੇ ਕਿਉਂ ਨਹੀਂ ਕਰ ਸਕਦੇ? ਇਹਨਾਂ ਨੇ ਕੀ ਕੀਤਾ? ਪਰ ਇੱਥੋਂ ਮੈਂ ਤੁਹਾਡੇ ਮਤ ਕਰ ਸਕਦੇ ਹੋ, ਤੁਸੀਂ ਕਰੋਗੇ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜੈਨੋਸਾਈਡ ਡਿਕਲੇਅਰ ਕਰ ਦੋਗੇ? ਬਿਲਕੁਲ ਸਾਡੀ ਜੇ ਸਰਕਾਰ ਆਊਗੀ ਇਸ ਪ੍ਰਤੀ ਅਸੀਂ ਬੋਲਾਂਗੇ ਜੈਨੋਸਾਈਡ ਡੇ ਵਾਸਤੇ। ਦੂਸਰੀ ਗੱਲ ਮੈਂ ਤੁਹਾਡੇ ਤੋਂ ਕਰ ਰਿਹਾ, 84 ਲੱਖ ਜੂਨਾਂ ਵੀ ਭੁਗਤਣ ਤੋਂ ਬਾਅਦ ਜੋ ਬਾਦਲ ਪਰਿਵਾਰ ਤੇ ਇੱਕ ਕਲੰਕ ਲੱਗਿਆ ਇੱਕ ਬਰਗਾੜੀ ਵਾਲਾ, ਇਹ ਨਹੀਂ ਧੁੱਪ ਸਕਦਾ ਕਿਤੇ ਮਰਜ਼ੀ ਭੱਜ ਲੈਣ, ਜਿੱਥੇ ਚਾਹੇ ਕਹਿੰਦੇ ਹੁੰਦੇ ਆ ਜਾਂ ਇਸ ਜਨਮ ਚ ਭਰਨੀਆਂ ਪੈਣਗੀਆਂ। ਪ੍ਰਤਾਪ ਸਿੰਘ ਬਾਜਵਾ ਨੇ, ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਗੱਲ ਚੱਕੀ ਹੈ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਤੇ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਅੱਜ ਤੱਕ ਗੁਰੂ ਨਾਲ, ਗੁਰੂ ਪੰਥ ਨਾਲ,
खेड खेडी आ उन्हों का बुरा हाल होया, चाहे सच्चे सौदे वाला साध देख लो, चाहे बादल परिवार देख लो, जिन्ना मर्जी आपकी ढाल कर लो, गुरु इन्हों नहीं कदे भी बख्शूगा। देखो राणा बलजीत सिंह चाहल ने बहुत ही वधिया शब्दां दे विच जो जिन्हों दिल्ली दंगे कहा जाता सी उन्हों इन्हां ने सिख नसलकुशी मन्निया कि सिखां दी नसलकुशी की गई और जेनोसाइड डे जिस दी असी लगातार मंग करते आ रहे हैं कैनेडा अमेरिका आस्ट्रेलिया यूरोप दे बहुत सारे देशों ने ये जेनोसाइड डे नू मन्निया और हर दिन जदों एक नवंबर का कोई भी हफ्ते का एक दिन हुंदा है उत्थे पार्लीमेंट दे विच भी गल हुंदी है ते बाहर भी हुंदी है। मैं चाहल साहब नू कहांगा कि अपने कैप्टन साहब नू समझाउण, उन्हां ने एक नवंबर नू जिहड़ा ट्वीट कीता उस दे विच ओह की कहिंदे ने कि इंदिरा गांधी जिहड़ी सी ओह देश दी रक्षक सी, उन्हां दी मौत दे उपर राष्ट्र नू बड़ा अफसोस है ते मैनू भी बहुत निजी दुख होया। ये कैप्टन अमरिंदर सिंह नू चाहिदा सी जिहड़े हजारां सिख बच्चों तो लैके बजुर्गों तक जिन्हों शहीद कर दिता गया गलों के टायर पा के और उन्होंने जिंदा जलाया गया गुरु ग्रंथ साहब जी के सरूप अगन भेट किए गए तो कैप्टन अमरिंदर सिंह अपने वो सिख भरा वो मतलब बजुर्ग नहीं याद आए केवल तो केवल इंदिरा गांधी याद आई है। चाह साहब मूह च पेट्रोल पा के अगां लाइया गई चाह साहब जवाब दे साहब कनैल सिंह जी ने जो नसलकुशी के कांड दुनिया च उदाहरण नहीं हैगी। मैं जी इस गल नाल पीर मोहम्मद साहब की गल ना 120% सहमत हाँ। जो कैप्टन मैं तो पहला भी गल की इस मसले के उपर मैं राजनीति नहीं करता ना उदा की गल करूंगा, वो कैप्टन अमरिंदर सिंह की सोच हो सकती है, जो मेरी सोच है मेरा नजरिया एज बिंग एज ए सिख पार्टी पेश कर रहे हो सर, पार्टी रिप्रेजेंट कर रहे हो, पार्टी बोलो पार्टी मैं पार्टी के बिहाफ से कह रहा जे कल यह गल हुई है तो बहुत गलत हुई है। जे उन्होंने इंदिरा गांधी नू कीता सी याद किया गया तो साढ़े सिखा नू भी याद कीता जाना चाहिए। सांवरिया साहब गृह मंत्री राजनाथ सिंह कई थावां ते जिक्र करते हैं कि 84 नसलकुशी है, पर जदों इह गल आउंदी है कि घट्टो घट्ट पार्लीमेंट दे विच इस नू मन्निया जावे ते मता पास किया जाए उदों फिर तुहाडी पार्टी भी क्यों पिछे हटदी नजर आउंदी है? ना ना मैं बिल्कुल कहता नशा बिल्कुल नसलकुशी है और इन पार्लियामेंट में पूरा डिस्कशन करके डिक्लेयर करना चाहिए। साढ़े गृह मंत्री जी ने यह किया है और ये जो पार्लियामेंट में डिस्कशन में आऊगा तो असं पूरा पूरा कह रहे हैं साहब जो नसल जो गृह मंत्री पार्लियामेंट के इस गल का जिक्र कह सकते हैं कि नसलकुशी सी फिर जो कैनेडा के ओंटारियो शहर की असैम्बली इसको पास करती है कि नसलकुशी सी फिर विदेश मंत्रालय कहता कि वह मिसगाइडड ने। देखिए मैं जब पार्लियामेंट की जो गल तुसी दस्या कि गृह मंत्री जी ने कहा तो ये डिस्कशन करके तो ये नसलकुशी तो है ही, जब गृह मंत्री जी ने कह रहे असं मान रहे सारे पैनलिस्ट जदों कुलविंदर जी उत्थे कोई भी चलो पार्टी का एक सिख बंदा होवे भगवंत मान हुंदा जां उत्थे साडे होर हुंदे आ प्रताप सिंह बाजवा राजसभा तो कहिंदे आ फिर उस गल तो क्यों भजदे आ जदों नसलकुशी कहिंदे आ वी होई आ फिर उस नूं मनाउण लगे उस दिन नूं सानूं याद करन लगे की आ भजन दी गलां इह खाली केस रखण नाल नूं सिख समझदे नहीं ਜਿਹੜਾ ਆਦਮੀ ਸਿੱਖੀ ਨੂੰ ਫੋਲੋ ਕਰਦਾ ਹੈ ਨਹੀਂ ਤੁਹਾਡੇ ਸਾਹਮਣੇ ਇਹਨਾਂ ਨੇ ਤਾਂ ਨਹੀਂ ਕੇਸ ਰੱਖੇ ਉਹ ਕਹਿ ਰਹੇ ਨੇ ਇਹ ਤਾਂ ਕਲੀਨ ਸੇਵ ਹੋ ਕੇ ਕਹਿ ਰਹੇ ਨੇ ਇਹ ਵੀ ਕਹਿ ਰਹੇ ਨੇ ਮੈਂ ਤਾਂ ਨਹੀਂ ਕੇਸ ਰੱਖੇ ਤੇ ਜਿੱਥੇ ਤੁਹਾਡੇ ਐਡੇ ਐਡੇ ਜਥੇਦਾਰਾਂ ਨੇ ਕਿਸ਼ਨਪੁਰਾ ਜੀ ਆਖਰੀ ਕਮੈਂਟ ਤੁਹਾਡਾ ਕਿਸ਼ਨਪੁਰਾ ਜੀ ਸੱਚੇ ਸੌਦੇ ਵਾਲੇ ਦੇ ਪੈਰਾਂ 'ਚ ਬਹਿ ਗਏ ਉਹਨਾਂ ਨੇ ਦਾੜੀਆਂ ਰੱਖ ਕੇ ਕੁਲਵਿੰਦਰ ਸਿੰਘ ਜੀ ਗੱਲ ਇਹ ਹੈ ਹਾਂਜੀ ਪਾਰਲੀਮੈਂਟ ਵਿੱਚ ਤਾਂ ਬਾਅਦ ਵਿੱਚ ਉਹ ਮਤਾ ਲਿਆ ਹੁਣ ਸਿੱਖ ਜੈਨੋਸਾਈਡ ਦਾ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਤਾਂ ਲਿਆਉਣ ਜਿਹੜਾ ਸਿੱਖਾਂ ਦੀ ਹੈ ਦਿੱਲੀ ਦੀ ਪਾਰਟੀ ਵਿਰੋਧੀ ਧਿਰ ਦੀ ਹੈ ਉਹ ਵੀ ਮਤਾ ਲੈ ਕੇ ਆਉਣ ਕੇਜਰੀਵਾਲ ਜੀ ਮਤਾ ਲੈ ਕੇ ਆਉਣ ਚਾਹ ਸਾਹਿਬ ਤੇ ਫਿਰ ਸੈਂਟਰ ਗਵਰਨਮੈਂਟ ਆਪੇ ਲੈ ਕੇ ਆਊਗੀ ਚਾਹ ਸਾਹਿਬ ਵਿਧਾਨ ਸਭਾ ਚ ਵੀ ਉਹ ਕਹਿੰਦੇ ਮਤਾ ਪਾਸ ਹੋ ਸਕਦਾ ਦਿੱਲੀ ਤੋਂ ਪਹਿਲਾਂ ਪੰਜਾਬ ਦੀ ਗੱਲ ਕਰ ਲਓ ਔਰ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਉਹੀ ਗੱਲ ਆ ਅਕਾਲੀ ਦਲ ਪਿਛਲੇ ਕਾਂਗਰਸ ਕਠਹਿਰੇ ਦਾ ਕਾਂਗਰਸ ਦੇ ਇਲਜ਼ਾਮ ਆ ਪਿੱਛੇ 10 ਸਾਲ ਰਾਜ ਕਰਕੇ ਸਿੱਖੀ ਦੇ ਨਾਂ ਤੇ ਵੋਟਾਂ ਲੈ ਗਏ ਸਭ ਤੋਂ ਵੱਡੀ ਐਸਜੀਪੀਸੀ ਤੇ ਕਬਜ਼ਾ ਕਰੀ ਖੜੇ ਆ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਪਹਿਲਕਦਮੀ ਕਰਨੀ ਚਾਹੀਦੀ ਸੀ ਉਹਨਾਂ ਨੇ ਕੀ ਕੀਤਾ ਉਹ ਅੱਜ ਜਾ ਕੇ ਉੱਥੇ ਰਾਜਨੀਤੀ ਕਰ ਰਿਹਾ ਬੀਜੇਪੀ ਵਾਲੇ ਨਾਲ ਬੈਠੇ ਮੈਂ ਇਹਨਾਂ ਨੂੰ ਠੀਕ ਹੈ ਤੁਸੀਂ ਵੀ ਦਿੱਲੀ 'ਚ ਪਾਸ ਕਰਵਾਉਣਾ ਚਾਹੁੰਦੇ ਹੋ ਹੁਣ ਪੰਜਾਬ 'ਚ ਤੁਹਾਡੇ ਕੋਲ ਸਰਕਾਰ ਹੈਗੀ ਹੈ ਪੰਜਾਬ 'ਚ ਪਾਸ ਕਰਵਾ ਸਕਦੇ ਹੋ ਤੁਸੀਂ ਫਿਲਹਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਚਰਚਾ ਦੇ ਵਿੱਚ ਸ਼ੁਰੂ ਸਾਡੇ ਨਾਲ ਜੁੜੇ ਸਮਾਂ ਤੁਸੀਂ ਦਿੱਤਾ ਸਾਨੂੰ ਆਪਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
ਤੇ ਫਿਲਹਾਲ ਇਸ ਬੁਲੇਟਿਨ ਚ ਇਹਨਾਂ ਹੀ। ਧੰਨਵਾਦ।